ਜਬ ਜੋਬ ਚਾਹੀਏ ਸਰਕਾਰੀ ਤਾਂ ਇੰਡੀਆ ਕਰੇ ਅਡਾ 247 ਪਰ ਤਿਆਰੀ ਅਡਾ 247 ਇੰਡੀਆਜ਼ ਨੰਬਰ 1 ਗਵਰਨਮੈਂਟ ਜੋਬ ਪ੍ਰੇਪਰੇਸ਼ਨ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਭ ਤੋਂ ਵੱਡੇ YouTube ਪਲੇਟਫਾਰਮ ਤੇ ਜੀ ਦਾ ਨਾਮ ਹੈ ਜੀ ਪੰਜਾਬ ਅੱਡਾ 247 ਤੇ ਮੇਰਾ ਨਾਮ ਹੈ ਮੁਸਕਾਨ ਕਸ਼ਪਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਡੇਲੀ ਕਲਾਸ ਲੱਗਦੀ ਹੈ ਜੀ ਮੈਥ ਦੀ 8 ਵਜੇ ਤੇ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਨਿਊ ਚੈਪਟਰ ਜੀ ਦਾ ਨਾਮ ਹੈ ਮਿਕਸਚਰ ਐਂਡ ਅਲੀਗੇਸ਼ਨ ਤੇ ਤੁਹਾਨੂੰ ਪਤਾ ਹੋਏਗਾ ਕਿ ਇਹ ਚੈਪਟਰ ਇੰਪੋਰਟੈਂਟ ਹੈ ਤਾਂ ਆਪਾਂ ਅੱਜ ਆਪਾਂ ਇਸ ਦੇ ਬੇਸਿਕ ਕਨਸੈਪਟ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ एक्जर एंड एलिगेशन ਦੇ ਵਿੱਚ ਕਿੱਦਾਂ ਦੇ ਕੁਐਸਚਨ ਆਉਣ ਦੇ ਕਿੱਦਾਂ ਦੇ ਆਪਾਂ ਕਿਵੇਂ ਕਰਨਾ ਹੈ ਤੇ ਕਿਵੇਂ ਨਹੀਂ ਕਰਨਾ ਤਾਂ ਫਿਰ ਅੱਜ ਦੀ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਤਾਂ ਇਸ ਕਰਕੇ ਸਾਰੇ ਦੇ ਸਾਰੇ ਜਲਦੀ ਤੋਂ ਜਲਦੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਸੈਸ਼ਨ ਨੂੰ ਲਾਈਕ ਕਰ ਦਿਓ ਤੇ ਹਾਲੇ ਤੱਕ ਵੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਫਿਰ ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਦੀਪਿਕਾ ਰਾਣੀ ਗਗਨਦੀਪ ਵਰਮਾ ਗੀਤ ਰੋਹੀਲਾ ਸੰਦੀਪ ਕੌਰ ਲਖਵੀਰ ਸਿੰਘ ਗੁਰਮਨ ਸਿੰਘ ਸਰਬਜੀਤ ਕੌਰ ਦਮਨਪ੍ਰੀਤ ਕੌਰ ਪ੍ਰਗਟ ਸਿੰਘ ਅਮਿਤ ਪਰਮਿੰਦਰ ਸਿੰਘ ਅਮਨਦੀਪ ਹਾਂਜੀ ਸਭ ਨੂੰ ਗੁੱਡ ਈਵਨਿੰਗ ਤੇ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤਾਂ ਦੱਸੋ ਜੀ ਤੁਸੀਂ ਸਾਰੇ ਕਿਵੇਂ ਹੋ ਠੀਕ ਠਾਕ ਹੋ ਪੜਾਈ ਪੜhui ਕਰ ਰਹੇ ਹੋ ਜਾਂ ਫਿਰ ਨਹੀਂ ਕਰ ਰਹੇ ਪੇਪਰ ਦੀ ਤਿਆਰੀ ਕਿਵੇਂ ਚੱਲੀ ਜਾਂਦੀ ਹੈ ਦੱਸ ਦੋ ਜੀ ਦੱਸ ਦੋ ਫੇਰ ਆਪਾਂ ਅੱਜ ਦੀ ਕਲਾਸ ਨੂੰ ਸ਼ੁਰੂ ਕਰਾਂਗੇ ਤਾਂ ਦੇਖੋ ਅੱਜ ਦੀ ਕਲਾਸ ਜਿਵੇਂ ਕਿ ਟੌਪਿਕ ਲਿਖਿਆ ਹੈ ਮਿਕਸਚਰ ਐਂਡ ਅਲੀਗੇਸ਼ਨ ਲਿਖਿਆ ਹੋਇਆ ਹੈ ਤਾਂ ਦੇਖੋ ਅੱਜ ਮੈਂ ਮੇਰੇ ਹਿਸਾਬ ਨਾਲ ਮੈਨੂੰ ਐਵੇਂ ਲੱਗਦਾ ਹੈ ਕਿ ਪਹਿਲਾਂ ਮੈਨੂੰ ਬੇਸਿਕ ਥੋੜਾ ਦੱਸਣਾ ਚਾਹੀਦਾ ਹੈ ਸਿੱਧਾ ਕੁਐਸਚਨ ਕਰਨ ਲੱਗ ਜਾਗੇ ਤੇ ਅੱਧਿਆਂ ਦੇ ਠੀਕੇ ਦਿਮਾਗ 'ਚ ਇੱਕ ਕੰਨ ਚ ਗੱਲ ਗਈ ਤੇ ਦੂਜੇ ਤੋਂ ਬਾਹਰ ਹੋ ਜਾਏਗੀ ਠੀਕੇ ਦਿਮਾਗ 'ਚ ਜੇ ਤੁਸੀਂ ਫਿੱਟ ਕਰਨਾ ਚਾਹੁੰਦੇ ਹੋ ਆਪਣੇ ਫੋਰ ਬ੍ਰੇਨ ਦੇ ਵਿੱਚ ਉਹਨੂੰ ਰੀਟੇਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਹਿਸਾਬ ਨਾਲ ਮੈਨੂੰ ਥਿਓਰੈਟিক্যাল ਕਨਸੈਪਟਸ ਵੀ ਦੱਸਨੇ ਹੋਣਗੇ ਤਾਂ ਦੱਸੋ ਆਯੂ ਓਕੇ ਵਿਦਟ ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅਮਨ ਗੁਰਮਨ ਲਖਵੀਰ ਜਸਸ ਬਿਊਟੀ ਆਫ ਲਾਈਫ ਵਿਦ ਵੈਨੀਟਾ ਪਤਾ ਨਹੀਂ ਕਿਦਾਂ ਕਿਦਾਂ ਨਾਮ ਰੱਖਦੇ ਆ ਗੁਰਪ੍ਰੀਤ ਰਾਜਵੀਰ ਦક્ષ ਜਸਮੀਤ ਜਤਿੰਦਰ ਗੁਰਮਨ ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੀ ਸਤਿ ਸ਼੍ਰੀ ਅਕਾਲ ਤਾਂ ਅ ਕਲਾਸ ਦੇ ਐਂਡ ਤੱਕ ਚੱਲਦੀ ਹੀ ਰਹੇਗੀ ਕੋਈ ਗੱਲ ਨਹੀਂ ਜੀ ਫੇਰ ਆਪਾਂ ਕਲਾਸ ਨੂੰ ਸਟਾਰਟ ਕਰ ਦਿੰਨੇ ਆ ਓਕੇ ਜੀ ਤਲੋ ਜੀ ਕਲਾਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਜਿੰਨਾ ਜਿੰਨਾ ਨੇ ਵੀ ਹਲੇ ਤੱਕ ਨਹੀਂ ਕੀਤਾ ਤਾਂ ਉਹ ਸਾਰੇ ਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅੱਗੇ ਵੇਖਦੇ ਆ ਉਸ ਤੋਂ ਬਾਅਦ ਇਹ ਹੈ ਆਪਣੀ ਅੱਡਾ 247 ਦੀ ਐਪ ਇਸ ਨੂੰ ਵੀ ਤੁਸੀਂ ਡਾਊਨਲੋਡ ਕਰ ਹੀ ਲੈਤਾ ਹੋਣਾ ਬਟ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਾਰੇ ਦੇ ਸਾਰੇ ਇਹਨੂੰ ਕਰ ਸਕਦੇ ਨੇ install the love ji aa chukya hai apna aj da motivational cute ki aa chukya aj da motivational cute e is karke laye jaanda hai taaki tusi ki matlab class nu shuru karan to pehla tode ch full on josh te full on energy par jave ta vekho ki likhya hai If you really want to do something you will find a way if you don't you will find an excuse ta kinni vadiya gal kahi hai na agar tusi kisi cheez nu really karna chahnde ho sacche dilo karna chahnde ho ta tonu rasta zarur mil jayega but agar tusi onu nahi karna chahnde ta tonu ki milega ji ek excuse jo ke tusi har var bahane bana dende ho ji madam sanu eh nahi aunda mera math bhi ke je sab to wadda theek hai ਠੀਕ ਹੈ ਜੀ ਸਭ ਤੋਂ ਵੱਡਾ ਐਕਸਕਿਊਜ਼ ਤੁਹਾਡਾ ਮੈਂ ਮੈਨੂੰ ਤਾਂ ਮੈਥ ਹੁੰਦਾ ਹੀ ਨਹੀਂ ਮੈਨੂੰ ਮੈਥ ਨਹੀਂ ਆਉਂਦਾ ਮੈਂ ਨਲਾਇਕ ਐ ਇਹ ਬਹਾਨੇ ਤੁਸੀਂ ਕਿਹਨੂੰ ਦੇ ਰਹੇ ਹੋ ਆਪਦੇ ਆਪ ਨੂੰ ਦੇ ਰਹੇ ਹੋ ਦੂਜਿਆਂ ਨੂੰ ਨਹੀਂ ਦੇ ਰਹੇ ਤੁਸੀਂ ਸਿਰਫ ਸਿਰਫ ਆਪਦੇ ਆਪ ਨੂੰ ਦੇ ਰਹੇ ਹੋ ਅਗਰ ਤੁਹਾਡੇ ਚ ਵਿਲ ਠੀਕ ਹੈ ਵੇਅ देयर इज ਅ ਵਿਲ ਯੂ ਵਿਲ ਫਾਈਂਡ ਦਾ ਵੇ ਤੁਹਾਨੂੰ ਵੇ ਵੀ ਮਿਲੇਗਾ ਰਸਤਾ ਵੀ ਮਿਲੇਗਾ ओके okay जी ਤਾਂ ਫਿਰ ਮੇਰਾ ਸਮਝਾਉਣ ਵਾਲੀ ਗੱਲ ਇਹ ਹੀ ਸੀ ਅੰਦਰੋਂ ਤੁਸੀਂ ਲੈ ਕੇ ਆਓ ਆਪਦੇ ਮਨ 'ਚ ਕਿ ਮੈਂ ਕਰਨਾ ਹੈ ਸਰਕਾਰੀ ਨੌਕਰੀ ਲੈਣੀ ਹੈ ਪੇਪਰ ਕਲੀਅਰ ਕਰਨਾ ਤਾਂ ਹੀ ਉਹ ਤੁਹਾਡਾ ਪੇਪਰ ਕਲੀਅਰ ਹੋਏਗਾ ਰੱਬ ਤੁਹਾਨੂੰ ਰਸਤਾ ਵੀ ਦਿਖਾਏਗਾ ਬਟ ਅਗਰ ਤੁਹਾਡੇ ਮਨ 'ਚ ਮਤਲਬ ਤੁਹਾਡੀ ਨੀਤੀ ਐਨੀ ਪੇਪਰ ਕ੍ਰੈਕ ਕਰਨ ਦੀ ਬਹਾਨਿਆਂ ਦੀ ਤਾਂ ਲਿਸਟ ਤਿਆਰ ਹੀ ਹੈ ਜਿੰਨੀ ਮਰਜ਼ੀ ਬਣਾਈ ਚੱਲੋ ਲਿਸਟ ਓਕੇ आई होप ਤੁਹਾਨੂੰ ਅੱਜ ਦਾ ਮੋਟੀਵੇਸ਼ਨਲ ਕਿਊਟ ਪਸੰਦ ਆ ਗਿਆ ਹੋਣਾ ਸਮਝ ਵੀ ਆ ਗਿਆ ਹੋਣਾ ਤਾਂ ਜਲਦੀ ਜਲਦੀ ਮੈਨੂੰ ਦੱਸ ਦੋ ਕਿ ਤੁਹਾਡੇ ਚ ਫੁੱਲ ਔਨ ਜੋਸ਼ ਭਰ ਚੁੱਕਿਆ ਹੈ ਜਾਂ ਨਹੀਂ ਦੱਸੋ ਹਾਊਸ ਦੀ ਜੋਸ਼ ਹਾਊਸ ਦੀ ਜੋਸ਼ ਦੱਸੋ ਜੀ ਫੇਰ ਆਪਾਂ ਉਸੇ ਜੋਸ਼ ਦੇ ਨਾਲ ਆਪਾਂ ਕਲਾਸ ਨੂੰ ਸਟਾਰਟ ਕਰ ਦਾਂਗੇ ਤਾਂ ਜਲਦੀ ਜਲਦੀ ਦੱਸੋ कहते तो चिब निकाल देंगे हाँ जी हाँ जी सारे चिब क्डा बस ध्यान पढ़ना है जी अज हाँ जी, हां ठीक जी, हाँ जी, है बिल्कुल बिल्कुल ठीक है जहां चाह वहां बिल्कुल सही किया है जी ती चलो जी आपा पर्दे खोलन तो पहला आप की हैं देखो जी अपने परदे खुल चुके हैं तो पर खोलन तो पहला आप करते हैं ਅਪਾ ਸਮਝ ਲੈਣੇ ਆ ਜੀ ਬੇਸਿਕ ਕੀ ਸਮਝ ਲੈਣੇ ਆ ਬੇਸਿਕ ਤੱਤਾਂ 'ਤੇਂਂਂ ਦਵੋ ਸਾਰੇ ਕਾਪੀ ਪੈਨ ਲੈ ਕੇ ਬਹਿ ਜਾ ਜੋ ਜੋ ਨੋਟ ਕਰਵਾਂਦੀ ਜਾ ਰਹੀਆਂ ਸਭ ਨੇ ਨੋਟ ਕਰ ਲੈਣਾ ਤੇ ਮੈਂ ਗਾਰੰਟੀ ਦਿੰਨੀ ਆ ਕਿ ਮਿਕਸਚਰ ਐਂਡ ਐਲੀਗੇਸ਼ਨ ਦਾ ਤੁਹਾਡਾ ਕੋਸ਼ਨ ਕਦੇ ਵੀ ਜ਼ਿੰਦਗੀ 'ਚ ਗਲਤ ਨਹੀਂ ਹੋਏਗਾ ਤੇ ਇਸ ਤੋਂ ਵੱਡੀ ਗਾਰੰਟੀ ਕੌਣ ਦੇ ਸਕਦਾ ਓਕੇ ਤਾਂ ਵੇਖੋ ਜੀ ਵੇਖੋ ਕੀ ਕਰਨਾ ਹੈ ਜੇਬ ਮਿਕਸਚਰਸ ਐਂਡ ਐਲੀਗੇਸ਼ਨ ਮਿਕਸਚਰਸ ਐਂਡ ਐਲੀਗੇਸ਼ਨ

ਤਾ ਵੇਖੋ ਤਾਂ ਵੇਖ ਲੋ ਜੀ ਵੇਖ ਲੋ ਵੇਖ ਲੋ ਵੇਖ ਲੋ ਕੀ ਕਹਿ ਰਹੇ ਹੋ ਕਰ ਦਾਂਗੇ ਜੀ ਕਰ ਦਾਂਗੇ ਕਰ ਦਾਂਗੇ ਮੰਨ ਲੋ ਤੁਹਾਡੇ ਕੋਲ ਕੁਛ ਇੱਕ ਵੈਸਲ ਹੈ ਠੀਕ ਹੈ ਤੁਹਾਡੀ ਲੈਂਗੁਏਜ ਚ ਠੀਕ ਹੈ ਪਾਂਡਾ ਤੁਹਾਡੀ ਲੈਂਗੁਏਜ ਚ ਪਾਂਡਾ ਤੁਹਾਡੇ ਕੋਲ ਇੱਕ ਕੀ ਹੈ ਪਾਂਡਾ ਤੇ ਉਹਦੇ ਚ ਤੁਸੀਂ ਕੀ ਪਾ ਰੱਖਿਆ ਮਿਲਕ ਪਾ ਰੱਖਿਆ ਕੀ ਪਾ ਰੱਖਿਆ ਮਿਲਕ ਪਾ ਰੱਖਿਆ ਕਿੰਨਾ 50 ਲੀਟਰ ਕੀ ਪਾ ਰੱਖਿਆ 50 ਲੀਟਰ ਕੀ ਹੈ ਮਿਲਕ ਤਾਂ ਕੀ ਇਹ ਮਿਕਸਚਰ ਹੈ ਜਾਂ ਨਹੀਂ ਇਹ ਜਸਟ ਮੈਂ ਤੁਹਾਡੇ ਤੋਂ ਜਾਨਣਾ ਚਾਹਨੀ ਹੈ yes or no ਠੀਕ ਹੈ ਜਸ ਆਈ ਵਾਂਟ ਟੂ ਨੋ ਕਿ ਕੀ ਇਹ ਮਿਕਸਚਰ ਹੈ ਜਾਂ ਨਹੀਂ ਮੈਂ ਇੱਕ ਪਾਂਡੇ 'ਚ ਕੀ ਪਾ ਰੱਖਿਆ ਦੁੱਧ ਪਾ ਰੱਖਿਆ 50 ਲੀਟਰ ਤਾਂ ਮੈਨੂੰ ਇਹ ਦੱਸੋ ਕਿ ਇਹ ਮਿਕਸਚਰ ਹੈ ਜਾਂ ਨਹੀਂ ਤਾਂ ਨੋ 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 ਹੋ ਰਹੀ ਹੈ ਤਾਂ ਬੱਚੇ ਬਹੁਤ ਸਮਝਦਾਰ ਹੈ ਤਾਂ ਵੇਖੋ ਜੀ ਇਹ ਮਿਕਸ਼ਰ ਨਹੀਂ ਹੈ ਮਿਕਸ਼ਰ ਕੀ ਹੁੰਦਾ ਜੀ ਮਿਕਸ਼ਰ ਉਦੋਂ ਹੁੰਦਾ ਹੈ ਜਦੋਂ ਇਹਦੇ ਚ ਆਪਾਂ ਕੁਝ ਮਿਲਾ ਦਿੰਨੇ ਆਂ ਕੀ ਮਿਲਾ ਦੇਣਾ ਕੁਝ ਵੀ ਮਿਲਾ ਦੋ ਤੁਹਾਡੀ ਮਰਜ਼ੀ ਹੈ ਤਾਂ ਮੰਨ ਲਓ ਜੀ ਤੁਹਾਡੇ ਘਰੇ ਠੀਕ ਹੈ ਡੇਲੀ ਕੋਈ ਦੁੱਧ ਦੇਣ ਆਉਂਦਾ ਹੋਏਗਾ ਠੀਕ ਹੈ ਦੋਦੀ ਜਿਹੜੇ ਦੁੱਧ ਪਾਉਣ ਆਂਦੇ ਆ ਤਾਂ ਮੰਨ ਲਓ ਉਹੀ ਹੈ ਉਹਨਾਂ ਦਾ ਢੋਲ ਹੀ ਪਿਆ ਠੀਕ ਹੈ ਉਹਨਾਂ ਦੇ ਚ ਕੀ ਪਿਆ ਸੀ ਜੀ 50 ਲੀਟਰ ਉਹ ਢੋਲ ਚ ਕੀ ਪਾ ਰੱਖਿਆ ਸੀ 50 ਲੀਟਰ ਮਿਲਕ ਸੀ ਠੀਕ ਹੈ ਬਟ ਤੁਹਾਨੂੰ ਪਤਾ ਉਹ ਸਾਰੇ ਮਿਲਕ ਪਿਓਰ ਤਾਂ ਦਿੰਦੇ ਨਹੀਂ ਉਹ ਪਿਓਰ ਤਾਂ ਦਿੰਦੇ ਨਹੀਂ ਤਾਂ ਉਹ ਕੀ ਕਰ ਦਿੰਦੇ ਵਿੱਚ ਪਾ ਦਿੰਦੇ ਪਾਣੀ ਕੀ ਪਾ ਦਿੰਦੇ ਜੀ ਪਾਣੀ ਪਾ ਦਿੰਦੇ ਐ ਤਾਂ ਮੰਨ ਲਓ ਉਹਨਾਂ ਨੇ ਪਾਣੀ ਪਾਇਆ 20 ਲੀਟਰ ਦਾ ਕਿੰਨਾ ਪਾਤਾ ਜੀ 20 ਲੀਟਰ ਦਾ ਤਾਂ ਹੁਣ ਇਹਨੂੰ ਕਵਾਂਗੇ ਮਿਕਸਚਰ ਹੁਣ ਕੀ ਕਵਾਂਗੇ ਜੀ ਆਪਾਂ ਕਰਾਂਗੇ ਜੀ ਮਿਕਸਚਰ ਕਵਾਂਗੇ 50 ਲੀਟਰ ਕੀ ਹੈ ਮਿਲਕ ਹੈ ਤੇ 20 ਲੀਟਰ ਕੀ ਹੋ ਗਿਆ ਜੀ ਇਹਦੇ ਚ ਪਾਣੀ ਹੋ ਗਿਆ ਤੇ ਮਿਲਕ ਤੇ ਵਾਟਰ ਨੂੰ ਜਦੋਂ ਰਲਾ ਦਾਂਗੇ ਮਤਲਬ ਦੋ ਤਿੰਨ ਚੀਜ਼ ਦੋ ਤਿੰਨ ਚੀਜ਼ਾਂ ਜਦੋਂ ਆਪਾਂ ਮਿਲਾ ਦੇਨੇ ਉਹਨੂੰ ਕਹਿ ਦਿੰਨੇ ਆਪਾਂ ਮਿਕਸਚਰ ਤਾਂ ਅਦਰ ਮੈਂ ਗੱਲ ਕਰਾਂ ਕਿ ਆ ਜਿਹੜਾ ਮਿਕਸਚਰ ਬਣਿਆ ਉਹਨ ਦਾ ਹੀ ਠੀਕ ਹੈ ਮਿਲਕ ਤੇ ਵਾਟਰ ਕਿੰਨੀ ਰੇਸ਼ਿਓ ਚ ਪਾਏ ਨੇ ਤਾਂ ਤੁਸੀਂ ਕੱਢ ਸਕਦੇ ਹੋ ਈਜ਼ੀ ਜੀ ਗੱਲ ਹੈ ਤੁਸੀਂ ਕੱਢ ਸਕਦੇ ਹੋ ਕਿਵੇਂ ਕੱਢ ਸਕਦੇ ਹੋ ਮਿਲਕ ਕਿੰਨਾ 50 ਵਾਟਰ ਕਿੰਨਾ ਆਪਣੇ ਕੁਲ 20 ਤਾਂ ਰੇਸ਼ਿਓ ਕਿੰਨੀ ਆ ਗਈ ਜੀ 5 ਰੇਸ਼ਿਓ 2 ਮਤਲਬ ਮਿਲਕ ਤੇ ਵਾਟਰ ਕਿੰਨਾ ਪਿਆ ਜੀ 5 ਰੇਸ਼ਿਓ 2 ਦੇ ਵਿੱਚ ਪਿਆ ਹੈ ਇੰਨੀ ਗੱਲ ਸਮਝ ਆਈ ਜਾਂ ਨਹੀਂ ਆਈ ਪਾਣੀ ਦੀ ਮਿਲਾਵਟ ਹਾਂਜੀ ਜੀ ਬਹੁਤ ਕਰਦੇ ਆ ਜੀ ਮੇਰੇ ਸਾਹਮਣੇ ਵੀ ਮੈਂ ਲਿਖਿਆ ਉੱਤੇ ਅੱਧਾ-ਅੱਧਾ ਹੀ ਮਿਲਕ ਪਾਣੀ ਕਰ ਦਿੰਦੇ ਆ ਦੁੱਧ ਪਾਣੀ ਏਦਾਂ-ਅੱਧਾ ਕਰ ਦਿੰਦੇ ਆ ਤਾਂ ਚਲੋ ਜੀ ਪਹਿਲੀ ਗੱਲ ਤਾਂ ਮੇਰੀ ਆਹਾ ਸੀ ਪਹਿਲੀ ਗੱਲ ਤਾਂ ਸਮਝਾਉਣ ਵਾਲੀ ਆਹਾ ਸੀ ਅਗਲੀ ਗੱਲ ਸਮਝਾਉਣੇ ਤੁਹਾਨੂੰ ਅਗਲੀ ਗੱਲ ਸਮਝਾਉਣੇ ਮਾੜਾ ਜਾਂ ਮੈਨੂੰ ਕਰ ਲੈਣ ਦੋ ਇੱਥੋਂ ਇਰੇਸ ਠੀਕ ਹੈ ਮਾੜਾ ਜਾਂ ਇਰੇਸ ਕਰ ਲੈਣ ਦੋ ਇੱਥੇ ਸਮਝਾਉਣੇ ਤਾਂ ਦੇਖੋ ਆਪਣੇ ਕੋਲ ਮਿਲਕ ਤੇ ਵਾਟਰ दी रेशो कि रेशो दो है ते टोटल मिक्सचर कि हो गया पंजा ते भी कि हो गया जी सत्तर लीटर हो गया कि हो गया जी सत्तर लीटर हो गया तो मान लो मान लो ਆ ਦੋਹੀ ਦੋਦੀ ਦੀ ਗੱਲ ਕਰੀ ਜਾਂਦੇ ਹੋ ਆਪ ਦਾ ਢੋਲ ਲੈ ਕੇ ਤੁਹਾਡੇ ਠੀਕੇ ਘਰ ਦੇ ਬਾਹਰ ਆ ਗਿਆ ਤੇ ਉਹ ਕਿ ਤੁਸੀਂ ਕਿਹਾ ਜੀ ਦੁੱਧ ਪਾ ਦਿਓ ਠੀਕ ਹੈ ਤੁਸੀਂ ਲੈ ਕੇ ਪਤਲੀ ਜੀ ਚੱਲ ਗਏ ਤੁਸੀਂ ਦੁੱਧ ਪਾਣ ਨੂੰ ਤਾਂ ਉਹਨੇ ਮੰਨ ਲਓ ਠੀਕ ਹੈ ਤੁਹਾਨੂੰ ਲੋੜ ਸੀ ਤੁਹਾਡੇ ਘਰੇ ਰੱਖਿਆ ਹੋਇਆ ਸੀ ਫੰਕਸ਼ਨ ਕੋਈ ਤੁਹਾਨੂੰ ਲੋੜ ਸੀ ਤਾਂ ਤੁਸੀਂ ਕਿੰਨਾ ਦੁੱਧ ਕਢਾ ਲਿਆ ਕਿੰਨਾ ਕਹਿ ਦिए ਜੀ ਆਪਾਂ 14 ਲੀਟਰ ਮੰਨ ਲਓ ਤੁਸੀਂ ਕਿਹਾ ਮੈਨੂੰ ਪਾ ਦੇ ਜੀ 14 ਲੀਟਰ ਦੁੱਧ ਪਾ ਦੇ ਕੀ ਪਾ ਦੇ ਜੀ 14 ਲੀਟਰ ਦੁੱਧ ਤੁਸੀਂ ਤਾਂ ਕਿਹਾ ਕਿ ਮੈਨੂੰ ਦੁੱਧ ਪਾ ਉਹਨੇ ਕੀ ਪਾਇਆ ओने दूध पाया ओने दूध नहीं पाया ओने पाया जी मिक्सचर ओने की पाया जी मिक्सचर पाया मतलब एने आदे सत्तर लीटर चो 14 लीटर मिक्सचर बाहर काट लिया 14 लीटर मान लो मिक्सचर बाहर काट लिया गल समझ आई या नहीं ओने <coughs> काट लिया तो दसो जद ओने ओ टोल जे जो मिक्सचर बाहर कटया है ना तुसी क्या सी दूध पाया मिक्सचर ਤਾ 14 ਲੀਟਰ ਮਿਕਸਚਰ ਬਾਹਰ ਨਿਕਲ ਕੇ ਆ ਗਿਆ ਤਾਂ 14 ਲੀਟਰ ਮਿਕਸਚਰ ਜਦੋਂ ਬਾਹਰ ਨਿਕਲ ਕੇ ਆ ਗਿਆ ਤਾਂ ਕੀ ਉਸ ਪਤਲ ਜਿਸ ਚ ਵੀ ਪਵਾਇਆ ਸੀ ਤੁਸੀਂ ਠੀਕ ਹੈ ਜਿਸ ਚ ਵੀ ਤੁਸੀਂ ਭਾਂਡੇ ਚ ਪਵਾਇਆ ਸੀ ਉਹ ਮਿਲਕ ਉਹ ਮਿਕਸਚਰ ਤਾਂ ਕੀ ਉਹਦੇ ਚ ਸਿਰਫ ਔਰ ਸਿਰਫ ਦੁੱਧ ਦੁੱਧ ਆਇਆ ਸੀ ਜਾਂ ਫਿਰ ਕੱਲਾ ਪਾਣੀ ਪਾਣੀ ਆ ਗਿਆ ਸੀ ਨਹੀਂ ਜੀ ਤੁਹਾਡੇ ਕੋਲ ਵੀ ਨਿਕਲ ਕੇ ਕੀ ਆਇਆ ਮਿਕਸਚਰ ਹੀ ਆਇਆ ਕੀ ਆਇਆ ਮਿਕਸਚਰ ਹੀ ਆਇਆ ਤਾਂ ਉਹ ਵੀ ਕਿਹੜੀ ਰੇਸ਼ੋ ਚ ਆਇਆ ਜੀ 5 ਰੇਸ਼ੋ 2 ਦੀ ਠੀਕ ਹੈ 2 ਦੇ ਵਿੱਚ ਆਇਆ ਮਤਲਬ ਜਦੋਂ ਵੀ ਮਿਕਸਚਰ ਦੇ ਵਿੱਚੋਂ ਮਿਕਸਚਰ ਕੱਢਾਂਗੇ ਜਿੰਨਾ ਮਰਜ਼ੀ ਕੱਢ ਲਓ ਠੀਕ ਹੈ ਤਾਂ ਇਹ ਨਹੀਂ ਹੋਏਗਾ ਕਿ ਉਹਨਾਂ ਉਹਨਾਂ ਸਿਰਫ ਦੁੱਧ ਬਾਹਰ ਨਿਕਲ ਕੇ ਆ ਗਿਆ ਜਾਂ ਫਿਰ ਉਹਨਾਂ ਉਹਨਾਂ ਸਿਰਫ ਪਾਣੀ ਨਿਕਲ ਕੇ ਬਾਹਰ ਆ ਗਿਆ ਤੁਹਾਡੇ ਸਾਹਮਣੇ ਤੁਹਾਡੇ ਕੋਲ ਕੀ ਆਏਗਾ ਜੀ ਮਿਕਸਚਰ ਹੀ ਬਾਹਰ ਆਏਗਾ ਉਹ ਵੀ ਕਿੰਨੇ ਚ ਆਏਗਾ ਜੀ 5 ਰੇਸ਼ੋ 2 ਦੇ ਵਿੱਚ ਆਏਗਾ ਹੈ ਨਾ ਹੁਣ ਆਪਾਂ ਅਗਰ ਆਪਾਂ ਨੂੰ ਪਤਾ ਨਹੀਂ ਹੈ ਠੀਕ ਹੈ ਅਗਰ ਆਪਾਂ ਨੂੰ ਪਤਾ ਨਹੀਂ ਹੈ ਕਿ ਕਿੰਨਾ ਦੁੱਧ ਬਾਹਰ ਆਇਆ ਕਿੰਨਾ ਮਿਲ ਗਿਆ ਬਟ ਤੁਸੀਂ ਤਾਂ ਕੀ ਸਿੱਖਿਆ ਹੈ ਮਿਕਸਚਰ ਐਂਡ ਅਲੀਗੇਸ਼ਨ ਸਿੱਖਿਆ ਹੈ ਮਿਕਸਚਰ ਸਿੱਖਿਆ ਹੈ ਤਾਂ ਤੁਸੀਂ ਕੀ ਕਰੋਗੇ ਲਓ ਜੀ ਮੈਂ ਪਤਾ ਕਰਦਾ ਕਿ ਕਿੰਨਾ ਆਇਆ ਤਾਂ ਵੇਖੋ 5 ਰੇਸ਼ਿਓ 2 ਦੇ ਵਿੱਚ 14 ਲੀਟਰ ਬਾਹਰ ਆਇਆ ਹੈ ਨਾ 14 ਲੀਟਰ ਬਾਹਰ ਆਇਆ ਤਾਂ ਦੇਖੋ 7 ਦੀ ਵੈਲਿਊ ਕਿੰਨੀ 14 1 ਦੀ ਵੈਲਿਊ 2 ਤਾਂ ਇਟ ਮੀਨਸ ਆਪਣੇ ਕੋਲ ਮਿਲਕ ਕਿੰਨਾ ਆਇਆ ਹੋਣਾ ਜੀ 10 ਲੀਟਰ ਆਇਆ ਹੋਣਾ ਤੇ ਪਾਣੀ ਉਹਦੇ ਵਿੱਚ ਕਿੰਨਾ ਆਇਆ ਹੋਣਾ 4 ਲੀਟਰ ਆਇਆ ਹੋਣਾ ਬਟ ਮਿਲਾ ਕੇ ਆਇਆ ਹੋਣਾ ਤੁਸੀਂ ਬਾਰ-ਬਾਰ ਨਹੀਂ ਕੱਢ ਸਕਦੇ ਤਾਂ ਇੰਨੀ ਗੱਲ ਸਭ ਨੂੰ ਸਮਝ ਆ ਗਈ ਹੈ ਜਾਂ ਫਿਰ ਨਹੀਂ ਜਸਟ ਇੱਕ ਵਾਰ ਦੱਸ ਦੋ ਇੱਕ ਵਾਰ ਦੱਸ ਦੋ ਜਦੋਂ ਵੀ ਆਪਾਂ ਮਿਕਸਚਰ 'ਚ ਕੁਝ ਕੱਢਦੇ ਹਾਂ ਕੁਛ ਪਾਉਣੇ ਆ ਠੀਕ ਹੈ ਮਿਕਸਚਰ ਕੱਢ ਰਹੇ ਆ ਠੀਕ ਹੈ ਤਾਂ ਜੋ ਕੱਢਿਆ ਹੋਇਆ ਮਿਕਸਚਰ ਉਹ ਵੀ ਇਸੇ ਰੇਸ਼ਿਓ ਚ ਨਿਕਲੇਗਾ ਤੇ ਜੋ ਬਚਿਆ ਹੋਇਆ ਮਿਕਸਚਰ ਉਹ ਵੀ ਇਸੇ ਰੇਸ਼ਿਓ ਚ ਰਹੇਗਾ ਤਾਂ ਇੰਨੀ ਗੱਲ ਸਭ ਨੂੰ ਕਲੀਅਰ ਹੋ ਗਈ ਜਾਂ ਫਿਰ ਨਹੀਂ ਜੱਸੇ yes অর no ਜੱਸੇ yes অর no ਫਿਰ ਮੈਂ ਅਗਲੀ ਗੱਲ ਕਰੂੰਗੀ ਕਲੀਅਰ ਕਲੀਅਰ ਅਗਲੀ ਗੱਲ ਕਰੀਏ ਚਲੋ ਜੀ ਅਗਲੀ ਗੱਲ ਕਰਦੇ ਆ ਇਹਨੂੰ ਟਾ ਦਾਂ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਲੈ ਲਓ ਨਹੀਂ ਤਾਂ ਟਾਨ ਲੱਗੇ ਆਪਾਂ ਹੂੰ ਅੱਗੇ ਚੱਲਦੇ ਆ ਤੇ ਹਲੇ ਤੱਕ ਵੀ ਜਿਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਜਲਦੀ ਜਲਦੀ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਉਹ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਵੇਖੋ ਅਗਲੀ ਗੱਲ ਮੰਨ ਲੋ ਮੰਨ ਲੋ ਇੱਕ ਆਪਨੇ ਕੋਲ ਕੀ ਸੀ ਜੀ ਵੈਸਲ ਸੀ ਕੀ ਸੀ ਵੈਸਲ ਸੀ ਤਾਂ ਵੈਸਲ ਦੇ ਵਿੱਚ 66.62/3% केसीजी मिल्क ਸੀ ਕੀ ਸੀ ਮਿਲਕ ਸੀ ਤਾਂ ਮੈਨੂੰ ਇਹ ਦੱਸੋ ਕੁਐਸਚਨ ਪਾਸ ਰਹੀਆਂ ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਕਿੰਨਾ ਪਾਣੀ ਪਾਇਆ ਜਾਵੇ ਕੀ ਇਹ ਵੈਸਲ ਕੀ ਹੋ ਜਾ ਜੀ ਪੂਰਾ ਭਰ ਜਾਵੇ ਕੀ ਇਹ ਪੂਰਾ ਭਰ ਜਾਵੇ ਕੁਐਸਚਨ ਇਦਾਂ ਦਾ ਆ ਜਾਵੇ ਫੇਰ ਕੀ ਕਰੋਗੇ ਫੇਰ ਕੀ ਕਰੋਗੇ ਜਲਦੀ ਜਲਦੀ ਦੱਸੋ ਤਾਂ ਦੇਖੋ ਇਦਾਂ ਦਾ ਕੁਐਸਚਨ ਜਦੋਂ ਵੀ ਆ ਜਾਵੇ ਤੁਸੀਂ ਕੀ ਕਰਨਾ ਹੁੰਦਾ ਹੈ ਜੀ ਤਾਂ ਦੇਖ ਲਓ 68 ਸਹੀ 2/3 ਕੀ ਕਹਿੰਨੇ ਆਪਾਂ ਇਹਨੂੰ ਲਿਖਦੇ ਆਂ ਜੀ 2/3 2/3 ਹੈ ਨਾ ਤੇ ਹਮੇਸ਼ਾ ਮੈਂ ਤੁਹਾਨੂੰ ਇਹ ਦੱਸਿਆ ਕਿ ਜੋ ਡਿਨੋਮੀਨੇਟਰ ਵਾਲੀ ਵੈਲਿਊ ਹੁੰਦੀ ਹੈ ਹੈਨਾ ਜੋ ਡਿਨੋਮੀਨੇਟਰ ਵਾਲੀ ਵੈਲੀ ਹੁੰਦੀ ਹੈ ਉਹਨੂੰ ਹੀ ਹਮੇਸ਼ਾ ਟੋਟਲ ਮੰਨ ਲੈਣੇ ਹੁੰਨੇ ਆ ਤੇ ਜਿਹੜੀ ਉੱਪਰ ਵਾਲੀ ਵੈਲੀ ਹੁੰਦੀ ਹੈ ਉਹ ਵੈਲੀ ਹੁੰਦੀ ਹੈ ਜੋ ਉੱਥੇ ਦਿੱਤੀ ਹੋਈ ਹੈ ਮਤਲਬ ਕੀ ਹੈ ਜੀ ਮਿਲਕ ਦਿੱਤਾ ਹੋਇਆ ਹੈ ਕੀ ਦਿੱਤਾ ਹੋਇਆ ਹੈ ਮਿਲਕ ਤਾਂ ਦੇਖੋ ਜੀ ਮਿਲਕ ਆਪਣੇ ਕੋਲ 2 ਆ ਟੋਟਲ ਆਪਣੇ ਕੋਲ 3 ਨਾ ਤਾਂ ਕਿੰਨਾ ਮਿਲਾਨਾ ਪਾਏਗਾ ਜੀ ਆਪਾਂ ਨੂੰ ਕਿੰਨਾ ਮਿਲਾਨਾ ਪਾਏਗਾ ਜੀ ਇੱਕ ਹਿੱਸਾ ਕਿੰਦੇ ਵਿੱਚੋਂ ਤਿੰਨ ਦੇ ਵਿੱਚੋਂ ਤਾਂ 1/3 ਆਪਾਂ ਨੂੰ ਕੀ ਮਲਾਨਾ ਪੈਣਾ ਆਪਾਂ ਨੂੰ ਮਲਾਨਾ ਪੈਣਾ ਜੀ ਪਾਣੀ ਕੀ ਮਲਾਨਾ ਪੈਣਾ ਪਾਣੀ ਮਲਾਨਾ ਪੈਣਾ ਤਾਂ ਇਹ ਇਸ ਤਰ੍ਹਾਂ ਦਾ ਕੁਐਸਚਨ ਵੀ ਬਣ ਸਕਦਾ ਮਿਕਸਚਰ ਦਾ ਇਜ਼ ਇਟ ਕਲੀਅਰ ਫਿਰ ਮੈਂ ਅਗਲੀ ਗੱਲ ਕਰੂੰਗੀ ਫਿਰ ਮੈਂ ਅਗਲੀ ਗੱਲ ਕਰੂੰਗੀ ਇੱਕ ਵਾਰ ਦੱਸ ਦੋ ਓ ਨੇਚਰ ਮੈਂ ਵੀ ਸਾਹ ਲੈ ਲਾਂ ਪਾਣੀ ਪੂਣੀ ਪੀ ਲਈਏ ਫਿਰ ਅਗਲੀ ਗੱਲ ਕਰਦੇ ਆਂ ਮਨ ਲਓ ਅਗਲਾ ਕੁਐਸਚਨ ਇੱਕ ਇੱਕ ਹੋਰ ਦੱਸਦੀ ਆ ਇੱਕ ਟਾਈਪ ਠੀਕ ਹੈ ਇੱਕ ਟਾਈਪ ਦੱਸਦੀ ਆ ਤੁਹਾਨੂੰ ਹਾਂ ਇੱਕ ਦਾ ਡਿਫਰੈਂਸ ਹੈ ਟਾਈਪ ਇਹ ਹੈ ਮੰਨ ਲਓ ਕੁਝ ਵੀ ਰੇਸ਼ੋ ਦੇ ਰੱਖੀ ਹੈ ਕੁਝ ਵੀ ਰੇਸ਼ੋ ਦੇ ਰੱਖੀ ਹੈ ਤੁਹਾਨੂੰ ਅ ਕੀ ਮੰਨ ਲਈ ਜੀ ਕੀ ਮੰਨੀਏ ਤੁਸੀਂ ਦੱਸੋ ਆਪਾਂ 1 ਮਿੰਟ ਮੈਂ ਕੁਐਸਚਨ ਹੀ ਦੇਖ ਲੈਣੀ 1 ਮਿੰਟ ਰੁਕੋ ਕੁਐਸਚਨ ਦੇਖ ਲੈਣੀ ਆ ਹਾਂ ਤਾਂ ਦੇਖੋ ਮੰਨ ਲਓ 4:1 4:1 ਹੈ ਮਿਲਕ ਤੇ ਵਾਟਰ ਦੀ ਰੇਸ਼ੋ ਓਕੇ ਤੇ ਆਪਣੇ ਕੋਲ ਇਸ ਰੇਸ਼ਿਓ ਮਤਲਬ ਕੀ ਕਿੰਨਾ ਹੈ ਮਿਲਕ ਤੇ ਵਾਟਰ ਦੀ ਰੇਸ਼ਿਓ ਸੀ ਠੀਕ ਹੈ 4 ਰੇਸ਼ਿਓ 1 ਇਹਦੇ ਵਿੱਚ ਮੈਂ ਕੁਝ ਪਾਣੀ ਮਲਾਇਆ ਇਹਨੇ ਵਿੱਚ ਕੁਝ ਪਾਣੀ ਮਲਾਇਆ ਤਾਂ ਮੇਰੇ ਕੋਲ ਰੇਸ਼ਿਓ ਕਿੰਨੀ ਹੋਗੀ ਜੀ 2 ਰੇਸ਼ਿਓ 1 ਹੋਗੀ ਕੀ ਹੋਗੀ 2 ਰੇਸ਼ਿਓ 1 ਹੋਗੀ ਤਾਂ ਜਦੋਂ ਵੀ ਇਦਾਂ ਦਾ ਕੁਸ਼ਣ ਆ ਜਾਏ ਕਿ ਠੀਕ ਹੈ ਕਿ ਕੁਝ ਪਾਣੀ ਮਲਾਇਆ ਕਿੰਨਾ ਪਾਣੀ ਮਲਾਇਆ ਹੈ ਨਾ ਤਾਂ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਹੈ ਜਦੋਂ ਮਲਾਇਆ ਆਪਣਾ ਪਾਣੀ ਹੈ ਤਾਂ ਇਹਨੂੰ ਮਿਲਕ ਨੂੰ ਕੀ ਹੋਈ ਜਾਂਦਾ ਇਹਨੂੰ ਕਿਹੜੇ ਦੌਰੇ ਪਈ ਜਾਂਦੇ ਆ ਇਹ ਆਪ ਹੀ ਘਟ ਗਿਆ ਇਦਾਂ ਕਦੇ ਪੋਸੀਬਲ ਹੈ ਨਹੀਂ ਜੀ ਇਹ ਕਨਸੈਪਟ ਚਾਈਨ ਮੇ ਰੇਸ਼ੋ ਚ ਵੀ ਸਮਝਾਇਆ ਸੀ ਕਿ ਜਦੋਂ ਇੱਕ ਚੀਜ਼ ਮਲਾਈ ਜਾਂਦੀ ਹੈ ਤਾਂ ਦੂਜਾ ਹਿੱਲਦਾ ਨਹੀਂ ਹੈ ਦੂਜਾ ਸੇਮ ਹੀ ਰਹੇਗਾ ਤਾਂ ਗੱਲ ਸੇਮ ਨਹੀਂ ਹੈ ਤੇ ਇਹਨੂੰ ਤੁਸੀਂ ਕੀ ਬਣਾਉਣਾ ਜੀ ਸੇਮ ਬਣਾਉਣਾ ਕਿਵੇਂ 4 ਆ ਰਹਾ ਹੈ ਤੇ ਨੂੰ ਵੀ 2 ਨਾਲ ਗੁਣਾ ਕਰਕੇ ਕੀ ਬਣਾ ਦੋ ਜੀ 4 ਬਣਾ ਦੋ ਜਦੋਂ ਆ ਸੇਮ ਹੋ ਗਿਆ ਅਗਲੀ ਆਪਰੇਸ਼ਨ ਆਪਾਂ ਉਦੋਂ ਸਟਾਰਟ ਕਰਾਂਗੇ ਅਗਲੀ ਆਪਰੇਸ਼ਨ ਆਪਾਂ ਉਦੋਂ ਸਟਾਰਟ ਕਰਾਂਗੇ ਤਾਂ ਗੱਲ ਸਮਝ ਆਈ ਗੱਲ ਸਮਝ ਆਈ ਜਾਂ ਨਹੀਂ ਹੁਣ ਮੇਰੇ ਹਿਸਾਬ ਨਾਲ ਕੁਐਸਚਨ ਸਟਾਰਟ ਕਰ ਲੈਣੇ ਚਾਹੀਦੇ ਜਿਹੜੀ ਜਿਹੜੀਆਂ ਨਵੀਆਂ ਗੱਲਾਂ ਆਣ ਗਿਆ ਉਹ ਆਪਾਂ ਫਿਰ ਉੱਥੇ ਹੀ ਕਲੀਅਰ ਕਰ ਲਾਂਗੇ ਤਾਂ ਦੱਸੋ ਕੁਐਸਚਨ ਸਟਾਰਟ ਕਰ ਲਈਏ ਕੁਐਸਚਨ ਸਟਾਰਟ ਕਰ ਲਈਏ ਓਕੇ ਜੀ ਚਲੋ ਜੀ ਫਿਰ ਆਪਾਂ ਕੁਐਸਚਨ ਸਟਾਰਟ ਕਰਦੇ ਆਂ ਆਪਣੀ ਕਹਾਣੀ ਇੱਥੇ ਆ ਲੈ ਆ ਲੋ ਜੀ ਆ ਚੁੱਕਿਆ ਹੈ ਆਪਣੀ ਸਕਰੀਨ ਤੇ ਠੀਕ ਹੈ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਤਾਂ ਮੇਰੇ ਹਿਸਾਬ ਨਾਲ ਪੰਜਾਬੀ ਪਤਾ ਨਹੀਂ ਕਿਸ ਕੁਐਸਚਨ ਦੀ ਪੰਜਾਬੀ ਇੱਥੇ ਆ ਚੁੱਕੀ ਹੈ ਤਾਂ ਪੰਜਾਬੀ ਆ ਵਾਲੀ ਨਹੀਂ ਲਿਖਣੀ ਕਿਉਂਕਿ ਪੰਜਾਬੀ ਪਾਣ ਲੱਗੇ ਮੈਂ ਕਈ ਵਾਰ ਨਹੀਂ ਵੀ ਦੇਖਦੀ ਤਾਂ ਪੰਜਾਬੀ ਚ ਆ ਕੁਐਸਚਨ ਗਲਤ ਆ ਤਾਂ ਵੇਖੋ ਤਾਂ ਕੀ ਕਹਿ ਰਿਹਾ ਕੁਸ਼ਨ ਇਨ ਅ ਮਿਕਸਚਰ ਆਫ ਮਿਲਕ ਐਂਡ ਵਾਟਰ ਮਿਲਕ ਤੇ ਵਾਟਰ ਦਾ ਮਿਕਸਚਰ ਆ 60 ਲੀਟਰ ਦਿੱਤਾ ਹੋਇਆ ਹੈ ਹੈਨਾ ਰੇਸ਼ਿਓ ਕਿੰਨੀ ਦੇ ਰਿਹਾ ਕਿ 7:5 ਤਾਂ ਲਓ ਜੀ ਉਦਾਂ ਹੀ ਕੁਸ਼ਨ ਆ ਗਿਆ ਜਿੱਦਾਂ ਮੈਂ ਸਮਝਾ ਰਹੀ ਸੀ ਜਿੱਦਾਂ ਮੈਂ ਸਮਝਾ ਰਹੀ ਸੀ ਠੀਕ ਹੈ ਉਸ ਤੋਂ ਬਾਅਦ ਹਾਊ ਮਚ ਕੁਆਂਟੀਟੀ ਆਫ ਵਾਟਰ ਮੈਂ ਕਿੰਨਾ ਪਾਣੀ ਮਿਲਾਵਾਂ ਕਿ ਮਿਕਸਚਰ ਇਕੁਅਲ ਰੇਸ਼ਿਓ ਦੇ ਵਿੱਚ ਆ ਜਾਵੇ ਤਾਂ ਜਲਦੀ ਜਲਦੀ ਇਕੁਅਲ ਟਰਾਈ ਕਰਨਾ ਹੈ ਟ੍ਰਾਈ ਕਰਨ ਤੋਂ ਬਾਅਦ ਅਗਰ ਨਹੀਂ ਹੋਇਆ ਤਾਂ ਮੈਂ ਇੱਥੇ ਖੜੀ ਹਾਂ ਦੱਸੋ ਤਾਂ 10 10 10 ਹਰਮੀਤ ਜਸਵੀਰ ਅੰਕਿਤਾ ਗੀਤ ਪਰਮਿੰਦਰ ਕਿਊਟ ਸ਼ੈਨ ਵਰਮਾ ਹਰਪ੍ਰੀਤ ਜਸਵੀਰ ਸੁਰਿੰਦਰ ਪੂਨਮ ਗੁਰਸ਼ਰਨਦੀਪ ਸਰੋਜ ਜਸਵੀਰ ਨikhil ਸੰਜੇ ਸਬਦਾ ਅਨਸਰ ਆ ਗਿਆ ਜੀ 10 10 10 ਤਾਂ ਚਲੋ ਜੀ ਆਪਾਂ ਕੋਸ਼ਨ ਵੇਖਦੇ ਕਿਵੇਂ ਕਰਨਾ ਮੰਨ ਲਓ ਮਿਲਕ ਹੈ ਤੇ ਵਾਟਰ ਹੈ ਓਕੇ ਕਿੰਨੀ ਰੇਸ਼ਿਓ ਚ 7 ਤੇ ਰੇਸ਼ਿਓ 5 ਚ ਹੈ ਤੇ ਕਿੰਨੀ ਦੇ ਰੱਖੀ ਹੈ ਜੀ 60 ਲੀਟਰ ਦੇ ਰੱਖੀ ਹੈ ਤਾਂ ਕਿੰਨਾ ਪਾਣੀ ਇਹਦੇ ਚ ਐਡ ਕਰੀਏ ਆਪਾਂ ਨੂੰ ਨਹੀਂ ਪਤਾ ਕਿੰਨਾ ਕਰਨਾ ਹੈ ਕਿ ਉਹ ਇਕੁਅਲ ਰੇਸ਼ਿਓ ਚ ਹੋ ਜਾਏ ਤਾਂ ਇਕੁਅਲ ਰੇਸ਼ਿਓ ਮਤਲਬ 1:1 ਤਾਂ ਜਦੋਂ ਵੀ ਇਕੁਅਲ ਰੇਸ਼ੋ ਕਿਹਾ ਜਾਵੇ ਤਾਂ ਚੁੱਪ ਕਰਕੇ ਕੀ ਲਿਖ ਦਿਆ ਕਰੋ 1:1 ਫੇਰ ਉਹੀ ਗੱਲ ਆ ਗਈ ਮੈਂ ਪਾਇਆ ਪਾਣੀ ਇਹਨੂੰ ਮਿਲਕ ਨੂੰ ਵਿਚਾਰੇ ਨੂੰ ਕੀ ਹੋ ਗਿਆ ਇਹ ਅਗਲਾ ਆਪੇ ਕਿਵੇਂ ਘਟ ਗਿਆ ਤਾਂ ਇਹ ਕਦੇ ਵੀ ਘਟਣਾ ਨਹੀਂ ਚਾਹੀਦਾ ਜਦੋਂ ਇੱਕ ਪਾਸੇ ਚੇਂਜਸ ਕਰ ਰਹੇ ਤਾਂ ਦੂਜੇ ਪਾਸੇ ਸੇਮ ਹੀ ਰਹਿਣਾ ਪਏਗਾ ਕਰ ਨਹੀਂ ਹੈ ਤਾਂ ਤੁਸੀਂ ਕਾਦੇ ਵਾਸਤੇ ਬੈਠੇ ਹੋ ਤੁਸੀਂ ਕਰ ਦਿਓ ਜੀ ਸੇਮ ਬਣਾ ਦਿਓ ਇੱਧਰ 7 ਹੈ ਤਾਂ ਤੁਸੀਂ ਵੀ ਇਹਨੂੰ 7 ਨਾਲ ਗੁਣਾ ਕਰਕੇ 7 ਨਾਲ ਕਰ ਦੋ ਜੀ ਰੇਸ਼ਿਓ ਬਣਾ ਲਓ ਤਾਂ ਮਿਲਕ ਵਾਟਰ ਦੀ ਰੇਸ਼ਿਓ ਕਿੰਨੀ ਬਣ ਗਈ 7 ਰੇਸ਼ਿਓ 5 ਇੱਧਰ ਆ ਗਈ 7 ਰੇਸ਼ਿਓ 7 ਹੁਣ ਬਣੀ ਨਾ ਗੱਲ ਜਦੋਂ ਵਾਟਰ ਐਡ ਹੋਈ ਜਾਂਦਾ ਤਾਂ ਵਾਟਰ ਵਧੇਗਾ ਮਿਲਕ ਨੂੰ ਕੁਝ ਵੀ ਨਹੀਂ ਹੋਏਗਾ ਪਾਏ ਪਾਏ ਉਹ ਨਹੀਂ ਵੱਡਦਾ ਘਟਦਾ ਠੀਕ ਹੈ ਤਾਂ ਦੇਖੋ ਇਹਨਾਂ ਦਾ ਸਮ ਕਿੰਨਾ ਦੇ ਰੱਖਿਆ ਜੀ 60 ਲੀਟਰ ਤਾਂ 7 5 ਕਿੰਨਾ ਹੁੰਦਾ 12 ਕਿੰਨਾ ਹੁੰਦਾ 12 ਤਾਂ 12 ਦੀ ਵੈਲਿਊ ਕਿੰਨੀ ਹੈ ਜੀ 60 1 ਦੀ ਵੈਲਿਊ 5 12 5 ਕਿੰਨੀ ਹੁੰਦੀ ਹੈ 60 ਤਾਂ ਕੱਢਣੀ ਕਾਦੀ ਆ ਕਿੰਨਾ ਪਾਣੀ ਐਡ ਹੋਇਆ 5 ਤੋਂ 7 ਬਣ ਗਿਆ ਤਾਂ ਤੁਹਾਨੂੰ ਕਿੰਨਾ ਨਜ਼ਰ ਆ ਰਿਹਾ ਦੋ ਨਜ਼ਰ ਆ ਰਿਹਾ ਨਾ ਤਾਂ ਦੋ ਨਾਲ ਗੁਣਾ ਕਰ ਦੋ ਅਨਸਰ ਆ ਗਿਆ ਜੀ 10 ਲੀਟਰ ਕਿੰਨਾ ਆ ਗਿਆ ਜੀ 10 ਲੀਟਰ 2 will be the correct answer ਤਾਂ ਦੱਸੋ ਸਮਝ ਆਈ ਜਾਂ ਨਹੀਂ ਆਈ ਦੱਸੋ ਸਮਝ ਆਈ ਜਾਂ ਨਹੀਂ ਆਈ <clears throat> एक बार दस दो यस और नो फिर अगला क्वेश्चन कर दे आ जी आगे वेरी गुड अगे चल रहे हैं हाँ तो मेरी गल सुनो फिर मैं तुम्हें तो दस गए भूल दसना भूल गई सी भूल गई सी एलीगे भी अपन करना यद किक्सर मिक्सर नहीं करना आपका तो एलीगे देखो जी कि लगता है एलीगेशन वेखो मान लो दो दोटिटीज गिवन हो ठीक है मान लो या फिर दो में मिला रहे हो ठीक है या फिर दो क्वानिटीज़ गिवन हो के उस तो बाद ਥਰਡ ਕੁਆਂਟੀਟੀ ਉਹਦਾ ਐਵਰੇਜ ਬਣ ਰਿਹਾ ਹੋਵੇ ਜਾਂ ਫਿਰ ਉਹਦਾ ਕਰਕੇ ਕੁਝ ਮਿਕਸਚਰ ਬਣ ਰਿਹਾ ਹੋਵੇ ਤਾਂ ਉਹਦੋਂ ਆਪਾਂ ਕੀ ਲਗਾਣੇ ਜੀ ਉਹਦੀ ਰੇਸ਼ੋ ਕਿ ਉਹ ਕਿੰਨੇ ਰੇਸ਼ੋ ਜੀ ਮਿਕਸ ਹੋਏ ਹੈ ਤਾਂ ਉਹਦੇ ਵਾਸਤੇ ਆਪਾਂ ਕੀ ਲਗਾਣੇ ਜੀ ਅਲੀਗੇਸ਼ਨ ਤਾਂ ਅਲੀਗੇਸ਼ਨ ਕਿਵੇਂ ਲੱਗਦਾ ਹੈ ਹਮੇਸ਼ਾ ਅਲੀਗੇਸ਼ਨ ਤਿੰਨ ਚੀਜ਼ਾਂ ਤੇ ਲੱਗਦਾ ਤਿੰਨ ਪਹਿਲਾਂ ਤਾਂ ਦੋ ਚੀਜ਼ਾਂ गिवन ਹੋਣਗੀਆਂ ਕੁਝ ਵੀ ਦੋ ਚੀਜ਼ਾਂ गिवन ਹੋਣਗੀਆਂ ਤਾਂ ਉਸ ਤੋਂ ਬਾਅਦ ਥਰਡ ਜੋੜੀ ਚੀਜ਼ ਦਿੱਤੀ ਹੋਏਗੀ ਜਾਂ ਤਾਂ ਉਹਦਾ ਐਵਰੇਜ ਦਿੱਤਾ ਹੋਏਗਾ ਜਾਂ ਫਿਰ ਮਤਲਬ ਕੁੱਲ ਮਿਲਾ ਕੇ ਕੁਝ ਵੀ ਬਣਾ ਦਿੱਤਾ ਹੋਏਗਾ ਜਾਂ ਫਿਰ ਮਿਕਸ ਕਿੰਨਾ ਹੋਏਗਾ ਤਾਂ ਮਿਕਸ਼ ਦਿੱਤਾ ਹੋਏਗਾ ਕੁਝ ਨਾ ਕੁਝ ਤਾਂ ਦਿੱਤਾ ਹੀ ਹੋਏਗਾ ਤਾਂ ਵੇਖੋ ਜੀ ਕੀ ਕਰਨਾ ਹੈ ਆਪਾਂ ਤਾਂ ਪਹਿਲਾਂ ਦੇ ਰੱਖਿਆ ਇਨ ਵਟ ਰੇਸ਼ੋ 62 ਨੂੰ ਠੀਕ ਹੈ ਬੱਤਾਂ ਨੂੰ ਮਿਕਸ ਕਰੀਏ ਕਿ ਜੋ ਮਿਕਸਚਰ ਬਣ ਜਾਵੇ ਜੋ ਮਿਕਸਚਰ ਬਣ ਜਾਵੇ ਉਹ ਕਿੰਨੇ ਦਾ ਬਣ ਜੇ 64.50 ਪਰ ਕਿਜੀ ਬਣ ਜੇ ਤਾਂ ਇਹ ਹੈ ਆਪਣਾ ਕੋਸ਼ਨ ਕੀ ਹੈ ਕੋਸ਼ਨ ਤੇ ਉਪਰ ਅਲੀਗੇਸ਼ਨ ਕਿਵੇਂ ਲਗਾਉਣਾ ਅਲੀਵੇਸ਼ਨ ਅਲੀਗੇਸ਼ਨ ਤਾਂ ਇਸ ਤਰ੍ਹਾਂ ਦੀ ਲਾਈਨ ਖਿੱਚਣੀ ਹੈ ਇਸ ਤਰ੍ਹਾਂ ਦੀ ਲਾਈਨ ਖਿੱਚਣੀ ਹੈ ਇਹਨਾਂ ਦੋਵਾਂ ਦਾ ਡਿਫਰੈਂਸ ਕਰਕੇ ਇੱਥੇ ਇਹਨਾਂ ਦੋਵਾਂ ਦਾ ਡਿਫਰੈਂਸ ਕਰਕੇ ਇੱਥੇ ਹੁਣ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਇੱਥੇ ਐਲੀਗੇਸ਼ਨ ਹੀ ਲੱਗੇਗਾ ਅਗਰ ਤੁਹਾਨੂੰ ਤਿੰਨ ਕੁਆਂਟੀਟੀਆਂ ਕਿਸੇ ਹੋਰ ਕੁਐਸਚਨ ਦੇ ਵਿੱਚ ਵੀ ਤਾਂ ਦੇ ਸਕਦੇ ਆ ਜਾਂ ਫਿਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਇਹਦੇ ਤੇ ਲਾਉਣਾ ਇਹਦੇ ਤੇ ਨਹੀਂ ਲਾਉਣਾ ਤਾਂ ਹਮੇਸ਼ਾ ਗੱਲ ਯਾਦ ਰੱਖਣੀ ਜੋ ਮਿਡਲ ਵੈਲਿਊ ਹੋਏਗੀ ਨਾ ਉਹ ਇਹਨਾਂ ਦੋਵਾਂ ਦੇ ਬਰਾਬਰ ਇਹਨਾਂ ਦੋਵਾਂ ਦੇ ਵਿਚਕਾਰ ਵਾਲੀ ਹੋਏਗੀ ਮਤਲਬ ਇਹ ਦੋਵਾਂ ਇੱਕ ਤੋਂ ਵੱਡੀ ਇੱਕ ਤੋਂ ਛੋਟੀ ਹੋਏਗੀ ਇਸ ਤੋਂ ਵੱਡੀ ਹੈ ਇਸ ਤੋਂ ਛੋਟੀ ਮਤਲਬ ਦੋਵਾਂ ਦੇ ਵਿਚਕਾਰ ਵਾਲੀ ਇੱਕ ਵੈਲਿਊ ギਵਨ ਹੋਏਗੀ ਉੱਥੇ ਤੁਸੀਂ ਕੀ ਲਗਾ ਸਕਦੇ ਹੋ ਐਲੀਗੇਸ਼ਨ ਕੀ ਲਾ ਸਕਦੇ ਹੋ ਜੀ ਐਲੀਗੇਸ਼ਨ ਤਾਂ ਵੇਖੋ ਜੀ 64.50 ਚੋਂ ਮੈਂ 82 ਕਿੰਨਾ ਤੱਕ ਕੀ ਆ ਗਿਆ ਜੀ 2.50 ਆ ਗਿਆ ਕਿੰਨਾ ਆ ਗਿਆ ਜੀ 2.50 ਆ ਠੀਕ ਹੈ 72 ਦੇ ਵਿੱਚੋਂ ਅਪਾ ਕੀ ਕਟਿਆ ਜੀ ਆ ਮੇਰੇ حساب ਨਾਲ 7.5 ਆ ਗਿਆ ਕਿੰਨਾ ਆ ਗਿਆ 7.50 ਤੱਕ ਕੱਟ ਕਟਾ ਕੇ ਮੇਰੇ ਕੋਲ ਕਿੰਨਾ ਆ ਗਿਆ ਜੀ 25 3 75 ਹੁੰਦਾ 3:1 ਮਤਲਬ ਮੈਂ 3:1 ਦੇ ਵਿੱਚ ਕੀ ਮਿਕਸ ਕਰੂੰਗੀ ਇਹਨਾਂ ਦੋਵਾਂ ਨੂੰ ਤਾਂ ਕਰਕੇ ਉਹ ਬਨੇਗਾ ਤਾਂ ਦੱਸੋ ਐਲੀਗੇਸ਼ਨ ਵਾਲੀ ਗੱਲ ਸਮਝ ਆਈ ਜਾਂ ਨਹੀਂ ਆਈ ਐਲੀਗੇਸ਼ਨ ਵਾਲੀ ਗੱਲ ਸਮਝ ਆਈ ਜਾਂ ਨਹੀਂ ਆਈ ਆਗੀ ਜੀ ਆਗੀ ਅਗਲਾ ਕੁਐਸਚਨ ਕਰਦੇ ਆਂ ਫਿਰ ਆਪਾਂ ਆ ਮਿਕਸਚਰ ਆਫ ਮਿਲਕ ਐਂਡ ਵਾਟਰ ਇੱਕ ਮਿਕਸਚਰ ਹੈ ਮਿਲਕ ਤੇ ਵਾਟਰ ਦਾ ਕਿੰਨੇ ਲੀਟਰ ਦੇ ਰੱਖਿਆ 60 ਲੀਟਰ ਦੇ ਰੱਖਿਆ ਇਟ ਕੰਟੇਨਸ 20% ਵਾਟਰ ਇਹਦੇ ਚ ਕਿੰਨਾ 20% ਵਾਟਰ ਆ ਹਾਊ ਮੈਨੀ ਲੀਟਰਸ ਆਫ ਵਾਟਰ ਸ਼ੁੱਡ ਬੀ ਐਡਡ ਇਹਦੇ ਚ ਹੋਰ ਕਿੰਨਾ ਪਾਣੀ ਪਾਈਏ ਕਿ ਜੋ ਮਿਕਸਚਰ ਬਣ ਜਾਏ ਠੀਕ ਹੈ ਠੀਕ ਹੈ ਸੋ दैट વોટર ਮੇਬੀ 25% ਤਾਂ ਕਿ વોટર ਦੀ ਕੀ ਹੋ ਜਾਏ ਜੀ 25% ਹੋ ਜਾਵੇ ਕਨਸੈਂਟ੍ਰੇਸ਼ਨ ਤਾਂ ਜਲਦੀ ਜਲਦੀ ਦੱਸੋ ਤੇ ਦੇਖਦੀ ਹਾਂ ਕੌਣ ਦੱਸੇਗਾ ਤਾਂ ਫਿਰ ਮੈਂ 2 ਮਿੰਟ ਲੈਣੀ ਆ ਸਾਹ ਬਹਿ ਜਾਣੀ ਮੈਂ 2 ਮਿੰਟ ਥਕਾ ਦਿੰਨੇ ਹੋ ਤੁਸੀਂ ਮੈਨੂੰ ਬਹੁਤ ਥੈਂਕ ਯੂ ਮੰਗਲ ਸਿੰਘ ਜੀ ਅੱਜ ਤੁਸੀਂ ਸਾਰਿਆਂ ਨੇ ਸ਼ੇਅਰ ਨਹੀਂ ਕੀਤਾ ਬੱਚੇ ਘਟੇ ਜੀ ਅੱਜ ਕੀ ਗੱਲ ਹੋ ਗਈ ਤਾਂ ਸਭ ਤੋਂ ਪਹਿਲਾਂ ਤਾਂ ਕਲਾਸ ਨੂੰ ਸ਼ੇਅਰ ਕਰੋ ਜਲਦੀ ਤੋਂ ਜਲਦੀ ਜਿੰਨੇ ਵੀ ਤੁਹਾਡੇ WhatsApp ਗਰੁੱਪ ਹੁੰਦੇ Telegram ਗਰੁੱਪ ਹੁੰਦੇ ਸਟੇਟਸ ਹੁੰਦੇ ਥਰ ਤਾਂ ਤੁਸੀਂ ਸ਼ੇਅਰ ਕਰਦਿਆ ਕਰੋ ਲਾ ਦਿਆ ਕਰੋ ਤਾਂ ਕਿ ਕਲਾਸ ਦੇ ਵਿੱਚ ਵੱਧ ਤੋਂ ਵੱਧ ਬੱਚੇ ਜੁੜ ਸਕਣ ਤੇ ਨਾਲ ਹੀ ਨਾਲ ਜਿਹੜੇ ਵੀਡੀਓ ਨੂੰ ਲਾਈਕ ਨਹੀਂ ਕਰਦੇ ਉਹ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਨਸਰ 4 6 12 ਵੀ ਹੋ ਰਹੀ ਹੈ 6 4 12 ਠੀਕ ਹੈ ਅਨਸਰ ਤਿੰਨ ਅਨਸਰ ਆ ਰਹੇ 6 4 12 ਤਾਂ ਚਲੋ ਜੀ ਫੇਰ ਆਪਾਂ ਕਰਦੇ ਆਂ ਫੇਰ ਆਪਾਂ ਕਰਦੇ ਹਾਂ ਤਾਂ ਮਿਲਕ ਹੈ ਤੇ ਵਾਟਰ ਹੈ ਕੀ ਹੈ ਮਿਲਕ ਹੈ ਤੇ ਵਾਟਰ ਹੈ ਤਾਂ 60 ਲੀਟਰ ਇਹਨੂੰ ਪਾਸੇ ਕਰਕੇ ਲਿਖ ਦਿੰਨੇ ਆ ਜੀ 60 ਲੀਟਰ ਤਾਂ ਵਾਟਰ ਕਿੰਨਾ 20% ਹੁਣ ਤੁਸੀਂ ਕਹੋਗੇ ਮਿਲਕ ਤਾਂ ਦਿੱਤਾ ਹੀ ਨਹੀਂ ਤਾਂ ਆਪਾਂ ਨੂੰ ਦੇਣ ਦੀ ਲੋੜ ਥੋੜੀ ਹੈ ਜ਼ਰੂਰੀ ਥੋੜੀ ਦਿੱਤਾ ਹੋਏਗਾ ਫੇਰ ਹੀ ਆਪਾਂ ਲਾਵਾਂਗੇ ਮਿਕਸਰ ਕਹਿ ਤਾਂ ਅਗਲੀ ਗੱਲ ਤੁਸੀਂ ਮਿਲਕ ਲੈ ਲਓ ਜਾਂ ਫਿਰ ਕਿਸੇ ਨੂੰ ਦੁੱਧ ਨਹੀਂ ਪਸੰਦ ਤੁਸੀਂ ਉਹ ਲਾ ਦਿਓ ਐਲਕੋਹਲ ਲਾ ਦਿਓ ਠੀਕ ਹੈ ਠੀਕ ਹੈ ਤੁਸੀਂ ਉਹਦੇ ਚ ਵੀ ਤਾਂ ਪਾਣੀ ਪਾਪੂ ਕੇ ਇਹ ਲੈਣੇ ਹੋ ਨਾ ਠੀਕ ਹੈ ਤਾਂ ਇੱਥੇ ਕੀ ਮਿਲਕ ਨਹੀਂ ਲੈਣਾ ਐਲਕੋਹਲ ਲੈ ਲਓ ਤਾਂ ਅਗਰ ਵਾਟਰ 20% ਬਾਕੀ ਬਚਿਆ ਖੁਚਾ ਕੀ ਹੋਏਗਾ ਮਿਲਕ ਹੋ ਜਾਏਗਾ ਕੀ ਹੋ ਜਾਏਗਾ ਮਿਲਕ ਹੋ ਜਾਏਗਾ अगली गल पानी पाइए गईए की है? रेशो मतलब वाटर कि हो जाए जी पच्ची परसेंट हो जाए अगर वाटर पच्ची परसेंट हो गया तो बचा खुचिया की हो जाएगा जी पचहत्तर परसेंट हो जाएगा इन्नी गल तो मान दो इन्नी गल तो मान दो बाद ਕਵਚਨ ਉਹੀ ਪੁਰਾਣੇ ਵਾਂਗੂ ਬਣ ਗਿਆ ਹੁਣ ਇਹਨੂੰ 80 20 75 ਨਾਲ ਨਾ ਯੂਜ਼ ਕਰੀ ਜੈ ਲੈਓ ਇਹਨੂੰ ਤੁਸੀਂ ਕੀ ਕਰਨਾ ਜੀ ਕੱਟ ਕਟਾ ਕੇ ਰੇਸ਼ਿਓ ਬਣਾ ਲਓ ਤਾਂ ਮਿਲਕ ਵਾਟਰ ਦੀ ਰੇਸ਼ਿਓ ਕਿੰਨਾ ਆ ਗਿਆ ਜੀ 4 ਰੇਸ਼ਿਓ 1 ਤਾਂ ਆ ਗਿਆ ਜੀ 3 ਰੇਸ਼ਿਓ 1 3 ਰੇਸ਼ਿਓ 1 ਹੁਣ ਵੇਖੋ ਹੁਣ ਦੇਖੋ ਜੀ ਮਲਾਇਆ ਪਾ ਪਾਣੀ ਇਹਨੂੰ ਕੋਈ ਫਰਕ ਪਿਆ ਨਹੀਂ ਵਿਚਾਰਾ ਮਿਲਕ ਆਪੇ ਘਟ ਗਿਆ ਇਹ ਕੋਈ ਦੇ ਪੋਸੀਬਲ ਹੋ ਸਕਦਾ ਨਹੀਂ ਜੀ ਇਹ ਪੋਸੀਬਲ ਨਹੀਂ ਹੋ ਸਕਦਾ ਤਾਂ ਅਗਰ ਨਹੀਂ ਹੈ ਤਾਂ ਤੂੰ ਕੀ ਤੁਸੀਂ ਕੀ ਚੱਕੀ ਜਾਂਦੇ ਹੋ ਇਹਨੂੰ ਬਣਾਓ ਜੀ ਮਿਲਕ ਨੂੰ ਬਰਾਬਰ ਕਰੋ ਇੱਧਰ 4 ਹੈ ਇੱਧਰ 3 ਤਾਂ ਬਰਾਬਰ ਕਿਵੇਂ ਬਣਾਵਾਂਗੇ 12 12 ਕਰਕੇ ਬਣਾ ਸਕਦੇ ਹੋ ਨਾ ਤਾਂ ਇਹਨੂੰ ਗੁਣਾ 3 ਕਰ ਦੋ ਇਹਨੂੰ ਗੁਣਾ 4 ਕਰ ਦੋ ਤਾਂ ਰੇਸ਼ਿਓ ਕਿੰਨੀ ਬਣ ਗਈ 4 3 12 ਰੇਸ਼ੋ 3 ਤੇ ਇੱਧਰ ਬਣ ਗਈ ਜੀ 12 ਰੇਸ਼ੋ 4 ਹੁਣ ਬਣੀ ਨਾ ਗੱਲ ਜਦੋਂ ਮਲਾਇਆ ਆਪਾਂ ਪਾਣੀ ਮਿਲਕ ਨੂੰ ਇੱਧਰ ਉੱਧਰ ਕੁਝ ਨਹੀਂ ਹੁੰਦਾ ਠੀਕ ਹੈ ਉਹ ਇਦਾਂ ਹੀ ਰਹਿਣਗੇ ਠੀਕ ਹੈ ਜੀ ਤਾਂ ਵੇਖੋ ਮਿਲਕ ਤੇ ਵਾਟਰ ਅਗਲੀ ਗੱਲ ਦੇਖ ਲਓ ਹੁਣ ਕੱਢਣਾ ਕਿੰਨਾ ਪਾਣੀ ਪਾਇਆ ਤੇ 3 ਤੇ 4 ਦੇ ਵਿੱਚ ਕਿੰਨਾ ਇੱਕ ਦਾ ਡਿਫਰੈਂਸ ਮਤਲਬ ਇੱਕ ਪਾਇਆ ਹੋਣਾ ਤਾਂ ਵੇਖੋ ਜੀ ਟੋਟਲ ਉੱਪਰ ਦੀ ਵੈਲਿਊ ਕਿੰਨੀ ਦੇ ਰੱਖੀ 15 ਦੀ ਵੈਲਿਊ ਦੇ ਰੱਖੀ ਹੈ ਜੀ 60 ਤੇ 1 ਦੀ ਵੈਲਿਊ 4 ਕੱਢਣੀ ਕਾਦੀ 1 ਦੀ ਹੀ ਤਾਂ ਕੱਢਣੀ ਸੀ 1 ਦੀ ਵੈਲਿਊ 4 ਆ ਚੁੱਕੀ ਹੈ ਤਾਂ 4 ਲੀਟਰ ਆਪਣਾ ਆਨਸਰ ਆ ਜਾਏਗਾ 4 ਲੀਟਰ ਆਪਣਾ ਆਨਸਰ ਆ ਜਾਏਗਾ ਤਾਂ ਜਲਦੀ ਜਲਦੀ ਦੱਸ ਦੋ ਕਿ ਤੁਹਾਨੂੰ ਕੋਸ਼ਨ ਸਮਝ ਆਇਆ ਜਾਂ ਨਹੀਂ ਆਇਆ ਮੱਥਾ ਵੀ ਟੇਕ ਦਿੱਤਾ ਜੀ ਬਾਕੀ ਵੀ ਟੇਕ ਦਿਓ ਜੀ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਹਲੇ ਤੱਕ ਮਿੰਟ ਮਾਰੋ ਤੇ ਮੱਥਾ ਟੇਕ ਦਿਓ ਤੇ ਟੱਲੀਆਂ ਵੀ ਵਜਾ ਦਿਓ ਠੀਕ ਹੈ ਤੇ ਜਿਨ੍ਹਾਂ ਨੇ ਬੈਲ ਨਹੀਂ বাজਾਈ ਟੱਲੀਆਂ ਨਹੀਂ ਵਜਾਈਓ ਸਾਰੇ ਟੱਲੀਆਂ ਵੀ ਵਜਾ ਦਿਓ ਤੇ ਨਾਲ ਦੇ ਨਾਲ ਮੱਥਾ ਟੇਕਣਾ ਜ਼ਰੂਰੀ ਹੈ ਮਤਲਬ ਕੀ ਮਤਲਬ ਦੱਸੋ ਜੀ ਇਹਨਾਂ ਨੂੰ ਕੀ ਮਤਲਬ ਹੈ ਹੂੰ ਕੀ ਲਾਈਕ ਕਰਨਾ ਹੈ अच्छा रिपीट ਕਰ ਦਿੰਦੇ ਆ ਜੀ ਦੇਖੋ ਮਿਲਕ ਤੇ ਵਾਟਰ ਵਾਟਰ ਕਿੰਨਾ ਦੇ ਰੱਖਿਆ 20% ਤਾਂ ਬਚਿਆ ਕੁਛੇ ਕੀ ਹੋਏਗਾ 80% ਵਾਟਰ ਬਣਾਣਾ ਕਿੰਨਾ 25% ਤਾਂ ਬਚਿਆ ਕੁਛੇ ਕੀ ਹੋਏਗਾ 75% ਇਹਦੀ ਬਣਾਈ ਰੇਸ਼ੋ 4 ਰੇਸ਼ੋ 1 3 ਰੇਸ਼ੋ 1 ਤਾਂ ਦੇਖੋ ਤਾਂ ਜਦੋਂ ਆਪਾਂ ਐਡ ਕੀਤਾ ਪਾਣੀ ਤਾਂ ਇਹ ਸੇਮ ਰਹਿਣਾ ਚਾਹੀਦਾ ਤੇ ਇਹਨੂੰ ਕੀ ਕੀਤਾ ਉੱਪਰਲੇ ਨੂੰ ਤਿੰਨ ਨਾਲ ਗੁਣਾ ਇਹਨੂੰ ਚਾਰ ਨਾਲ ਗੁਣਾ ਤਾਂ ਕਿ ਆਪਾਂ ਕੀ ਕਰਤਾ ਜੀ ਆਪਾਂ ਰੇਸ਼ਿਓ ਬਣਾ ਲਈ ਰੇਸ਼ਿਓ ਬਣਾਉਣ ਤੋਂ ਬਾਅਦ 15 ਦੀ ਵੈਲਿਊ 60 1 ਦੀ ਵੈਲਿਊ 4 ਤੇ 1 ਦੀ ਵੈਲਿਊ ਹੀ ਕੱਢਣੀ ਸੀ 1 ਦੀ ਵੈਲਿਊ ਹੀ ਕੱਢਣੀ ਸੀ ਇੱਥੋਂ ਦੇਖੋ ਜੀ 3 ਤੋਂ 4 ਵਧਿਆ 1 ਬਣ ਗਿਆ ਅਗਲਾ ਕੁਐਸਚਨ ਕਰੀਏ ਜੀ ਅਗਲਾ ਕੁਐਸਚਨ हां देखो जी आ क्वेश्चन देखो पेपर 'ਚ ਇੱਕ ਵਾਰ ਆਇਆ ਸੀ ਇਦਾਂ ਦਾ ਕੁਐਸਚਨ 골ਡ ਇਜ਼ 21 টাইমস ਹੈਵੀ ਐਜ਼ ਕੰਪੇਅਰ ਟੂ ਵਾਟਰ 골ਡ 21 ਟਾਈਮ ਹੈਵੀ ਵਾਟਰ ਦੇ ਨਾਲੋਂ ਕਾਪਰ ਕਾਪਰ ਕੀ ਹੈ 11 ਟਾਈਮ ਹੈਵੀ ਹੈ ਵਾਟਰ ਦੇ ਨਾਲੋਂ ਤਾਂ ਦੱਸੋ ਇਨ੍ਹਾਂ ਦੋਵਾਂ ਨੂੰ ਕਿਸ ਰੇਸ਼ੀਓ 'ਚ ਮਿਕਸ ਕਰੀਏ ਕਿ ਜੋ ਆਪਣਾ ਮਿਕਸਚਰ ਹੈ ਉਹ 17 17 ਟਾਈਮ ਹੈਵੀ ਹੋ ਜਾਏ ਵਾਟਰ ਦੇ ਨਾਲੋਂ ਤੇ ਜਲਦੀ ਜਲਦੀ ਦੱਸੋ ਤਾਂ ਦੇਖੋ ਜੀ ਕਈਆਂ ਨੂੰ ਦੇਖੋ ਇੱਕ ਵਾਰ ਚ ਸਮਝ ਨਹੀਂ ਆਂਦੀ ਨਾ ਦੇਖੋ ਤਾਂ ਉਹਨਾਂ ਵਾਸਤੇ ਕੀ ਹੈ ਤੁਸੀਂ ਵੀਡੀਓ ਨੂੰ ਬਾਅਦ ਦੇ ਵਿੱਚ ਰਿਪੀਟ ਚ ਵੇਖ ਲਿਆ ਕਰੋ ਇਹਦਾ ਕੀ ਹੁੰਦਾ ਜੀ ਇਹਦਾ ਫਾਇਦਾ ਬਾਕੀਆਂ ਨੂੰ ਹੋ ਜਾਂਦਾ ਫਾਇਦਾ ਬਾਕੀਆਂ ਨੂੰ ਕਿਵੇਂ ਕਿਉਂਕਿ ਐਵੇਂ ਨਾ ਹੋਵੇ ਨਾ ਇੱਕ ਕੁਐਸਚਨ ਨੂੰ ਤਿੰਨ ਤਿੰਨ ਵਾਰ ਰਿਪੀਟ ਕਰਨ ਦੇ ਵਿੱਚ ਮੈਂ ਟਾਈਮ ਵੇਸਟ ਕਰਦਾ ਤੇ ਉਸ ਤੋਂ ਬਾਅਦ ਕੰਮ ਦੇ ਕੁਐਸਚਨ ਕਿਤੇ ਰਹਿ ਜਾਣ ਤਾਂ ਸਮਝ ਰਹੇ ਹੋ ਨਾ ਤੁਸੀਂ ਤਾਂ ਫਿਰ ਇੱਕ ਵਾਰ ਤਾਂ ਰਿਪੀਟ ਜਾਇਜ਼ ਹੈ ਕੋਈ ਗੱਲ ਨਹੀਂ ਮੈਂ ਕਰ ਵੀ ਦੂੰਗੀ ਮੈਂ ਮਨਾ ਨਹੀਂ ਕਰਦੀ ਬਟ ਤੁਸੀਂ ਵੀ ਸਮਝਿਆ ਕਰੋ ਤਾਂ ਅਨਸਰ ਆਣਾ ਸ਼ੁਰੂ ਹੋ ਗਿਆ 3:2 3:2 3:2 3:2 3:2 ਹੋਈ ਪਈ ਐ ਤਾਂ ਚਲੋ ਜੀ ਕਰਾ ਦਈਏ ਫਿਰ ਚਲੋ ਫਿਰ ਕਰ ਲੈਨੇ ਆਪਾਂ ਕੁਐਸਚਨ ਕਹਿੰਦੇ ਗੋਲਡ ਕੀ ਹੈ 21 ਟਾਈਮ ਹੈਵੀ ਹੈ ਦੇਖੋ ਸਾਰੇ ਵਾਟਰ ਨਾਲ ਹੈ ਵਾਟਰ ਨਾਲ ਤਾਂ 21 ਦੇ ਚੋਂ 1 11 ਰੇਸ਼ੋ 1 ਲਿਖਣ ਨਾਲੋਂ ਚੰਗਾ ਚੁੱਪ ਕਰਕੇ ਤੁਸੀਂ ਲਿਖ ਦੋ ਗੋਲ ਲਿੱਕੀ ਟਾਈਮ ਹੈਵੀ ਐ ਬਸ ਕਾਪਰ ਕਿੰਨੇ ਟਾਈਮ ਹੈਵੀ ਐ 11 ਟਾਈਮ ਹੈਵੀ ਐ ਮਿਕਸਚਰ ਕਿੰਨੇ ਟਾਈਮ ਹੈਵੀ ਐ 17 ਟਾਈਮ ਹੈਵੀ ਐ ਤਾਂ ਦੇਖੋ ਇਹਨਾਂ ਦੋਵਾਂ ਦਾ ਕੀ ਬਣੀ ਆਂਦਾ 17 ਬਣੀ ਆਂਦਾ ਹੈ ਨਾ ਓਕੇ ਤਾਂ ਦੇਖੋ ਕੀ ਕਰਨਾ ਸਿਰਫ ਤੇ ਸਿਰਫ ਡਿਫਰੈਂਸ ਲੈਣਾ 17 ਚ 11 ਮਾਈਨਸ ਕਿਤੇ 6 11 ਚ 21 ਚ 17 ਕਿਤੇ 4 ਤਾਂ ਕਿੰਨੀ ਬਣ ਗਈ ਜੀ 3:2 ਇਸ ਤੋਂ ਸੋਖਾ ਕੁਸ਼ਣ ਤਾਂ ਕੋਈ ਹੋ ਹੀ ਨਹੀਂ ਸਕਦਾ ਸੀ ਇਸ ਤੋਂ ਸੋਖਾ ਕੁਸ਼ਣ ਤਾਂ ਕੋਈ ਹੋਣਾ ਹੀ ਨਹੀਂ ਜਲਦੀ ਜਲਦੀ ਦੱਸੋ ਸਮਝ ਆ ਗਈ ਸਭ ਨੂੰ ਸਭ ਨੂੰ ਸਮਝ ਆ ਗਈ ਜਾਂ ਨਹੀਂ ਆਈ ਫਿਰ ਆਪਾਂ ਅਗਲਾ ਕੁਸ਼ਣ ਕਰਦੇ ਹਾਂ स्लो करवा दो इस तो स्लो की हुई है अगला कर ली अगे चल दे जी फिर आप अगे देखो आखो आखो क्वेश्चन की कह रहा की कह रहा आई हैव हंड्रेड बुक्स ऑफ इंग्लिश ਮੇਰੇ ਕੋਲ ਸਟਾਕ 100 ਕਿਤਾਬਾਂ ਨੇ ਇੰਗਲਿਸ਼ ਦੀਆਂ ਇੰਨਾ ਪੜਦੇ ਹੋ ਜੀ ਤੁਸੀਂ 100 ਕਿਤਾਬਾਂ ਪੜਦੇ ਤੁਸੀਂ ਤੁਹਾਡੇ ਤਾਂ ਉੱਪਰ ਕੁੱਲ ਮਿਲਾ ਕੇ ਵੀ 100 ਨਹੀਂ ਹੋਣੀ ਆ ਤੁਹਾਡੇ ਕੋਲ ਆਈ ਸੋਲ ਸਮ ਆਫ ਥੀਸ ਐਟ ਪ੍ਰੋਫਿਟ ਆਫ 12 ਪਰਸੈਂਟ ਮੈਂ ਕੁਝ ਨੂੰ 12 ਪਰਸੈਂਟ ਪ੍ਰੋਫਿਟ ਤੇ ਵੇਚਦਾ ਤੇ ਬਚੀਆਂ ਹੋਈਆਂ ਨੂੰ 8 ਪਰਸੈਂਟ ਲਾਸ ਤੇ ਵੇਚਦਾ ਓਕੇ ऑन होल टोटल ਦੇ ਉੱਪਰ ਉਹਨੂੰ 11% ਦਾ ਪ੍ਰੋਫਿਟ ਹੋਇਆ ਤਾਂ ਦੱਸੋ ਮੈਂ 12% ਪ੍ਰੋਫਿਟ ਵਾਲੇ ਨੂੰ ਕਿੰਨੇ ਕਿੰਨੇ ਮਤਲਬ ਕਿੰਨੀਆਂ ਵੇਚੀਆਂ ਅਨਸਰ ਆਨਸ਼ਰੋਇ ਕੁਲਵੀਰ ਕੌਰ ਰੋਤਾਸ਼ ਕੁਮਾਰ ਗੁਰਸ਼ਰਨ ਨikhil ਅਕਿਰਨਪਾਲ ਅੰਕੀਤਾ ਸਰੋਜ ਗੀਤ ਗੁਰਪ੍ਰੀਤ ਦੀਪਿਕਾ ਮੰਗਲ ਦਾਤੇਵਾਸੀਆ ਸਾਰਿਆਂ ਦੇ ਅਨਸਰ ਆ ਗਏ 75 75 75 ਤਾਂ ਚਲੋ ਜੀ ਵੇਖ ਲੈਨੇ ਆ ਤਾਂ ਦੇਖੋ ਕਈਆਂ ਨੂੰ ਵੇਚਿਆ 12% ਤੇ ਬਚੀ ਹੋਈ ਨੂੰ ਵੇਚਿਆ 8% ਲਾਸ ਤੇ ਤਾਂ 8% ਲਾਸ ਦੇ ਵਿੱਚ ਇੱਥੇ ਮਾਈਨਸ 8 ਲਿਖੂੰਗੀ ਜੀ ਤਾਂ ਇੱਥੇ ਗਲਤੀ ਨਹੀਂ ਕਰਨੀ ਪ੍ਰੋਫਿਟ ਹੈ ਤਾਂ ਪਲੱਸ 12 ਲਿਖਣਾ ਤੇ ਲਾਸ ਹੈ ਤਾਂ ਮਾਈਨਸ 8 ਲਿਖਣਾ ਤਾਂ ਇੰਨੀ ਇੱਕ ਗੱਲ ਤਾਂ ਆ ਹੋ ਗਈ ਅਗਲੀ ਗੱਲ ਦੇਖਦੇ ਆ ਕਸ ਤੋਂ ਬਾਅਦ ਓਵਰਆਲ ਕਿੰਨਾ ਹੋਇਆ ਜੀ 11% ਦਾ ਮੈਨੂੰ ਕੀ ਹੋ ਗਿਆ ਪ੍ਰੋਫਿਟ ਹੋ ਗਿਆ ਤੇ ਇਹਦੇ ਉੱਪਰ ਵੀ ਕੀ ਲੱਗੇਗਾ ਜੀ ਐਲੀਗੇਸ਼ਨ ਕਿਉਂਕਿ ਤਿੰਨ ਗੱਲਾਂ ਕਈਆਂ ਹੋਈਆਂ ਓਵਰਆਲ ਦੀ ਗੱਲ ਚੱਲ ਰਹੀ ਹੈ ਤਾਂ ਇਹਦੇ ਉੱਪਰ ਕੀ ਲੱਗੇਗਾ ਐਲੀਗੇਸ਼ਨ ਹੀ ਲੱਗੇਗਾ ਹੁਣ ਦੇਖੋ 12 ਚੋਂ 11 ਕੱਢੇ ਤਾਂ ਤੁਸੀਂ ਇੱਕ ਤਾਂ ਜ਼ਰੂਰ ਲਿਖ ਲਿਆਉਣਾ ਹੈਨਾ ਪਰ 11 ਤੇ 8 ਦਾ ਡਿਫਰੈਂਸ ਕਈਆਂ ਨੇ ਤਿੰਨ ਵੀ ਲਿਖਤਾ ਆਉਣਾ ਬਟ ਤਿੰਨ ਨਹੀਂ ਬਣੇਗਾ ਕੀ ਬਣੇਗਾ ਜੀ

ਓਵਰ ਆਲ ਕਿਤਾਬਾਂ ਠੀਕ ਹੈ ਜੀ ਓਵਰ ਆਲ ਕਿਤਾਬਾਂ ਕਿੰਨੀਆਂ 100 ਮਤਲਬ 19 ਰੇਸ਼ਿਓ 1 ਨੂੰ ਕਿੰਨੇ ਜੀ ਡਿਵਾਈਡ ਕਰਨਾ ਹੈ ਜੀ 100 6 ਮਤਲਬ 20 ਦੀ ਵੈਲਿਊ 100 1 ਦੀ ਵੈਲਿਊ ਆਪਣੇ ਕੋਲ ਆ ਗਈ 5 1 ਦੀ ਵੈਲਿਊ ਆ ਗਈ 5 ਕੱਢਣੀ ਕਾਦੀ 12% ਵਾਲੀ ਮਤਲਬ ਤਾਂ ਕਿੰਨੀ ਆ ਗਈ 19 ਦੀ ਤਾਂ 19 5 ਕੀ ਹੁੰਦਾ ਜੀ 95 19 5 ਹੁੰਦਾ 95 75 75 ਕੌਣ ਕਰੀ ਜਾਂਦਾ ਸੀ 75 ਦੀ ਰੱਟ ਕਿਹਨੇ ਲਾ ਰੱਖੀ ਆ ਕੀ ਆਪਾਂ ਆਪਸ਼ਨ ਹੀ ਨਹੀਂ ਲਿਖੀ ਵਾਓ 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 ਤਾਂ ਤੁਸੀਂ ਕੀ ਕਰੀ ਜਾਂਦੇ ਸੀ ਤੁਸੀਂ ਵੀ ਇਹਨੂੰ ਦੇਖ ਕੇ 75 ਬੁੜਕਾਤਾ 95 ਅਨਸਰ ਆਏਗਾ ਇਹਦਾ ਹਾਂ ਤਾਂ ਗੱਲ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਏਗੀ ਨਾ 11 ਤੇ 8 ਸਮਝ ਆ ਜਾਏਗੀ ਨਾ ਕਿਵੇਂ 13 ਅਨਸਰ ਕੀ ਆਏਗਾ 95 ਅਰੇ ਹੈਗਾ ਤਾਂ 95 ਕੌਣ ਕਹਿ ਰਿਹਾ ਸੀ ਆਪਸ਼ਨ ਨਹੀਂ ਹੈਗੀ ਕੌਣ ਕਹਿ ਰਿਹਾ ਸੀ ਆਪਸ਼ਨ ਨਹੀਂ ਹੈਗੀ ਦਿਗਦਾ ਨਹੀਂ हाँ तो ऑप्शन नंबर ई आएगा पचानवे आई होप सब नू समझ आ ही गई होनी तो एक बार दस दो इज इट क्लियर हाँ माइनस करता जी जल्दी जी मैं पता है सारे का पता है मैनू ਹਾਂ ਚਲੋ ਜੀ ਕੋਈ ਗੱਲ ਨਹੀਂ ਹੁਣ ਆ ਗਿਆ ਨਾ ਪਤਾ ਲੱਗ ਗਿਆ ਨਾ ਕਿੱਥੇ ਕਿੱਥੇ ਗਲਤੀਆਂ ਕਰਦੇ ਹੋ ਤੇ ਇਹ ਗਲਤੀਆਂ ਤੋਂ ਬਚਣਾ ਹੈ ਇਹ ਗਲਤੀਆਂ ਤੋਂ ਬਚਣਾ ਹੈ ਮੈਮ ਉੰਨੀ ਕਿਵੇਂ ਆਇਆ ਮਨੀ ਸਿੱਧੂ ਜੀ 11 ਚੋਂ -8 ਘਟਾਉਂਗੇ ਨਾ ਤਾਂ ਮਾਈਨਸ ਮਾਈਨਸ ਪਲੱਸ ਹੋ ਜਾਂਦੇ ਜੁੜਦੇ ਹੁੰਦੇ ਆ 11 8 8 ਕੀ ਹੋ ਜਾਏਗਾ ਜੀ 19 ਹੋਏਗਾ ਅੱਗੇ ਚੱਲਦੇ ਹਾਂ ਜੀ ਅੱਗੇ ਚੱਲਦੇ ਹਾਂ ਆ ਫੇਰ ਇਦਾਂ ਦਾ ਕੁਐਸਚਨ ਆ ਗਿਆ ਕਰ ਦਿਓ ਜੀ ਹੁਣ ਹੁਣ ਗਲਤ ਨਾ ਕਰਿਓ ਹੁਣ ਕੋਈ ਗਲਤ ਨਹੀਂ ਕਰੇਗਾ ਹੁਣ ਕੋਈ ਗਲਤ ਨਾ ਕਰੇ ਕੁਐਸਚਨ ਉਹਦਾ ਹੀ ਆ ਸ਼ਾਪਕੀਪਰ ਕੋਲ 50 ਕਿਜੀਓ ਪ੍ਰਾਈਸ ਹੈ ਅੱਧਾ ਉਹਨੇ 10% ਚ ਵੇਚਤਾ ਅੱਧਾ ਉਹਨੇ 5% ਲਾਸ ਤੇ ਵੇਚਤਾ ਔਰ ਨਾਇਨ ਹੌਲ 7% ਪ੍ਰੋਫਿਟ ਤੇ ਵੇਚਤਾ ਤਾਂ ਦੱਸੋ ਜੀ 10% ਗੇਨ ਵਾਲੇ ਤੇ ਕਿੰਨਾ ਵੇਚਿਆ ਜਲਦੀ ਜਲਦੀ ਦੱਸ ਦਿਓ ਇਸ ਕੁਐਸਚਨ ਦਾ ਆਨਸਰ ভাসকরো কিরণপা এনি এনি অ্যাক্টিং নি চাঙ্গি হুন্দি এনি অ্যাক্টিং নি করি দি হুন্দি টান্সার আনা হো গয়া শুরু দাতেবাসী আর রোহताज দীপক নিকল সরোজ পরমেন্দ্র সুখবীর কন্দে সাইড হো জো হো গয়া জি সাইড सुरेंद्र कौर কলাশ রানী গীত পূজা কুলবীর চালি 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 আই হোপ कि ਤੁਹਾਨੂੰ ਹੁਣ ਤਾਂ ਕੁਸ਼ਨ ਸਮਝ ਆ ਹੀ ਗਿਆ ਹੋਣਾ ਹੁਣ ਤਾਂ ਕੁਸ਼ਨ ਸਮਝ ਆ ਹੀ ਗਿਆ ਹੋਣਾ ਤਾਂ ਵੇਖੋ ਕੁਛ ਨਹੀਂ ਸੀਗਾ ਜੀ 10% ਪਲੱਸ ਵਾਲਾ 5% ਮਾਈਨਸ ਵਾਲਾ 7% ਪਲੱਸ ਵਾਲਾ ਤਾਂ ਕੀ ਕਰਨਾ ਸੀ ਇਹਦਾ ਡਿਫਰੈਂਸ ਤਿੰਨ ਤਾਂ ਇੱਥੇ ਕਈ ਵਾਰੀ ਦੋ ਲਿਖ ਦਿੰਦੇ ਆ ਪਰ ਦੋ ਹੁਣ ਨਹੀਂ ਲਿਖਣਾ ਤੇ ਇੱਥੇ ਕੀ ਲਿਖਿਆ ਤੁਸੀਂ 12 ਤਾਂ ਰੇਸ਼ੋ ਕਿੰਨੀ ਬਣ ਗਈ ਜੀ 4 ਰੇਸ਼ੋ 1 दी वैल्यू पांच की वैल्यू पी वैल्यू दस पुछी कहती है दस परसेंट गेन वाली मतलब चार की ना आ गया चाली कि आ गया जी चाली 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 वैरी गुड जी वैरी गुड जी बड़े स्याण बच्चों सब ने इसका आंसर सही दिता तेन बहुत खुशी हुई एटलीस्ट एक क्वेश्चन तो समझन तो बाद दूजा आंसर तो तुम सही दिता चलो जी अगला क्वेश्चन कर दे अगला क्वेश्चन कर, अगला कर हैं ਹੂੰ ਆ ਵੇਖੋ ਇਹ ਮੈਨ ਬਾਇਸ ਟੂ ਕਾਊਸ ਫਾਰ 2700 ਠੀਕ ਹੈ ਐਂਡ ਸੈਲਸ ਵਨ ਫਾਰ ਲਾਸ ਆਫ 6% ਇੱਕ ਨੂੰ 6% ਦੇ ਠੀਕ ਹੈ ਲਾਸ ਤੇ ਵੇਚਿਆ ਤੇ ਇੱਕ ਨੂੰ ਦੂਜੇ ਨੂੰ 7.5 ਦੇ ਗੇਨ ਤੇ ਵੇਚਿਆ ਔਨ ਐਨ ਹੂਲ ਮਤਲਬ ਐਵਰੇਜ ਉਹਨਾਂ ਟੋਟਲ ਉਹਨੂੰ ਨਾ ਹੀ ਗੇਨ ਹੋਇਆ ਨਾ ਹੀ ਲਾਸ ਹੋਇਆ ਤਾਂ ਦੱਸੋ ਦੂਜੀ ਕਾ ਉਹਨੂੰ ਕਿੰਨੇ ਦੀ ਪਈ ਕਿੰਨੇ ਦੀ ਪਈ ਜਲਦੀ ਜਲਦੀ ਦੱਸੋ ਜਲਦੀ ਜਲਦੀ ਦੱਸ ਦੋ ਹਲੇ ਤੱਕ ਵੀ ਜਿਨ੍ਹਾਂ ਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਬੱਚੇ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਹਲੇ ਤੱਕ ਵੀ ਜਿਨ੍ਹਾਂ ਨੇ ਸ਼ੇਅਰ ਨਹੀਂ ਕੀਤਾ ਠੀਕ ਆ ਜਿਨ੍ਹਾਂ ਨੇ ਵੀ ਸ਼ੇਅਰ ਨਹੀਂ ਕੀਤਾ ਤੁਸੀਂ ਸ਼ੇਅਰ ਕਰ ਦਿਓ ਤਾਂ ਸੋਰ ਆਣਾ ਸ਼ੁਰੂ ਹੋ ਗਿਆ ਰੋਤਾਜ ਦਾ ਆ ਗਿਆ ਹੈ ਦੀਪਕ ਦਾ ਆ ਗਿਆ ਪਰਮਿੰਦਰ ਗੁਰਸ਼ਰਨ ਜਤਿੰਦਰ ਅੰਕਿਤਾ ਕੈਲਾਸ਼ ਹਰਮੀਤ ਸਤਨਾਮ ਸਭ ਦਾ ਆਨਸਰ 1200 1200 ਕਿਸੇ ਦਾ ਹੈ ਯਾਰ ਵੀ ਆ ਰਿਹਾ ਹੈ ਹਜ਼ਾਰ 1200 ਹਜ਼ਾਰ 1200 ਹੋਈ ਪਈ ਹੈ ਤਾਂ ਵੇਖ ਲਈਏ ਕਿ ਕੀ ਆਪਾਂ ਵੇਖ ਲਈਏ ਕਿ ਕੀ ਆਨਸਰ ਆਏਗਾ ਤੇ ਚਲੋ ਜੀ ਦੇਖੋ ਦੇਖੋ ਪਹਿਲਾ ਵੇਚਾ 6% ਦੇ ਲਾਸ ਤੇ ਤਾਂ ਮਾਈਨਸ ਲਾਤਾ ਜੀ ਇੱਥੇ ਅਗਲਾ ਵੇਚਾ 7.5 ਠੀਕ ਹੈ ਦੇ ਗੇਨ ਤੇ ਤੇ ਜਦੋਂ ਕਹਿਤਾ ਨਾ ਨੀਦਰ ਗੇਨ ਨੌਰ ਲਾਸ ਤਾਂ ਉੱਥੇ ਕੀ ਲੱਗਦਾ ਜੀ ਜ਼ੀਰੋ ਲੱਗਦਾ ਉੱਥੇ ਕੀ ਲੱਗਦਾ ਜੀ ਜ਼ੀਰੋ ਲੱਗਦਾ ਹੈ ਤਾਂ ਆ ਸੀਗਾ ਜੀ ਸਿਰਫ ਔਰ ਸਿਰਫ ਕਰਨਾ ਸੀ 7.5 ਰੇਸ਼ਿਓ ਕੀ ਬਣ ਗਿਆ 6 ਤਾਂ ਇਹਦਾ ਪੁਆਇੰਟ ਚੱਕ ਕੇ ਇੱਧਰ ਲਾ ਦਿਓ ਜੀ ਜ਼ੀਰੋ ਜਦੋਂ ਵੀ ਪੁਆਇੰਟ ਹੋਵੇ ਨਾ ਇੱਧਰ ਉੱਧਰ ਲਾ ਦਿਆ ਕਰੋ ਜ਼ੀਰੋ ਤਾਂ ਦੇਖੋ ਕੀ ਅਗ 15 ਠੀਕੇ ਆਪਣਾ ਗੋਲ 15 ਛੀਕੇ ਆਪਾਂ 60 ਹੋ ਗਿਆ ਨਾ 15 ਚੌਕੇ ਠੀਕੇ 15 ਚੌਕੇ 60 15 5 75 ਤਾਂ ਰੇਸ਼ੋ ਕਿੰਨੀ ਬਣ ਗਈ ਜੀ 5 ਰੇਸ਼ੋ 4 ਕੀ ਬਣ ਗਈ 5 ਰੇਸ਼ੋ 4 ਇਹਨੂੰ ਕੀ ਕਰਨਾ ਸੀ ਜੀ ਡਿਵਾਈਡ ਕਰਨਾ ਸੀ 2700 ਚ 9 ਦੀ ਵੈਲਿਊ 2700 1 ਦੀ ਵੈਲਿਊ 3 100 ਤੇ ਪੁੱਛੀ ਕਾ ਦੀ ਦੂਜੀ ਦੀ ਤਾਂ ਗੁਣਾ 4 ਕਰ ਦੋ ਤਾਂ ਅਨਸਰ ਕਿੰਨਾ ਆ ਗਿਆ 1200 ਹੁਣ ਤਾਂ ਇਦਾਂ ਦੇ ਕੁਐਸਚਨ ਦੇ ਵਿੱਚ ਉਲਝੋਗੇ ਨਹੀਂ ਇੱਕ ਵਾਰ ਦੱਸ ਦੋ ਇਦਾਂ ਦੇ ਕੁਸ਼ਨ ਹਮੇਸ਼ਾ ਕਰਕੇ ਆਉਣਗੇ ਪੇਪਰ ਦੇ ਵਿੱਚ ਗਲਤ ਤਾਂ ਨਹੀਂ ਕਰਦੇ ਤੋਨੂੰ ਇਹ ਵੀ ਦੱਸਦਾ ਪਲੱਸ ਮਾਈਨਸ ਦਾ ਵੀ ਵਿੱਚ ਜ਼ੀਰੋ ਆਜੇ ਉਦੋਂ ਵੀ ਜ਼ੀਰੋ ਕਦੋਂ ਲਾਣਾ ਜਦੋਂ ਲਿਖਿਆ ਹੋਵੇ ਨੀਦਰ ਗੇਨ ਨੋਰ ਲਾਸ ਮਤਲਬ ਨਾ ਹੀ ਫਾਇਦਾ ਹੋਇਆ ਨਾ ਹੀ ਨੁਕਸਾਨ ਹੋਇਆ ਨਿਊਟਰਲ ਤੇ ਜਲਦੀ ਜਲਦੀ ਦੱਸੋ हां जी हाँ जी होगी अगे चल दें फिर अगला क्वेश्चन कोश्चन तो सामने अगला क्वेश्चन आ, आ चुका है नहीं जी रही नहीं, नहीं छना जी क्वेश्चन तो जमा ही छड़ा हां टैंकी मोटर वाले भी करा दो टैंकी मोटर वाले पाइप सिस्टम कह रहे हो के ਟੂ ਕੰਟੇਨਰਸ ਹੈਵ ਮਿਕਸਚਰ ਆਫ ਮਿਲਕ ਐਂਡ ਵਾਟਰ ਦੋ ਦੋ ਕੰਟੇਨਰਸ ਆ ਇੱਕ ਦੇ ਵਿੱਚ 3:2 ਦੇ ਰੱਖਿਆ ਦੂਜੇ ਨੂੰ 6:5 ਦੇ ਰੱਖਿਆ ਕਹਿੰਦੇ ਕਿ ਦੋਵਾਂ ਨੂੰ ਕੰਟੇਨਰ ਨੂੰ ਮਿਲਾ ਦੋ ਤੇ ਤੀਜਾ ਕੰਟੇਨਰ ਕਿੰਨਾ ਬਣ ਗਿਆ ਜੀ 4:3 ਤਾਂ ਦੱਸੋ ਜੀ ਇਹਨਾਂ ਨੂੰ ਕਿਸ ਰੇਸ਼ੋ ਦੇ ਵਿੱਚ ਮਿਕਸ ਕੀਤਾ ਜਾਂਦੇ ਜਾਵੇ ਕਿ ਉਹ ਫਾਈਨਲ ਮਿਕਸ 4:3 ਬਣ ਜੇ 4:3 ਬਣ ਜੇ ਉਪਾਸਨਾ ਸ਼ਰਮ ਕੁਸ਼ਨ ਕੁਸ਼ਨ ਕਹਿ ਰਹੀ ਹੈ ਜਦੋਂ ਵੀਡੀਓ ਖਤਮ ਹੋਏਗੀ ਨਾ ਉਸ ਤੋਂ ਬਾਅਦ ਤੁਸੀਂ ਰਿਪੀਟ ਕਰਨਾ ਹੈ ਵੀਡੀਓ ਨੂੰ ਉੱਥੇ ਮੈਂ ਇਹੋ ਜਿਹੇ ਤਿੰਨ ਕੁਸ਼ਨ ਕਰਵਾਤੇ ਤਿੰਨ ਕੁਸ਼ਨ ਹੁਣ ਮੈਂ ਦੁਬਾਰਾ ਕਿਵੇਂ ਸਮਝਾਵਾਂ ਤੁਸੀਂ ਦੇਖ ਲਿਓ ਤਾਂ ਦੇਖੋ ਜੀ ਇੱਕ ਆਪਣੇ ਕੋਲ ਸੁੱਤੇ ਜਾ ਕੇ ਆਇਆ ਕਹਿੰਦੇ ਤੁਸੀਂ ਇਹ ਪੰਜਾਬ ਜੀਕੇ ਦੀ ਕਲਾਸ ਲੱਗ ਰਹੀ ਹੈ ਕਿੱਥੇ ਨਜ਼ਰ ਆ ਰਹੀ ਤੁਹਾਨੂੰ ਪੰਜਾਬ ਜੀਕੇ ਅਖਰ ਦੇ ਨਜ਼ਰਾਂ ਦੇ 3:2 6:5 ਪੰਜਾਬ ਜੀ ਕੀ ਜੇ ਕਿਦੋਂ ਆਉਣ ਲੱਗੇ 3:2 ਰੇਸ਼ਿਓ ਕਿੱਥੋਂ ਲੱਗਣ ਲੱਗੀ ਹੋਸ਼ੇ ਹੋ ਖੁਸ਼ ਹੋ ਗਏ ਸਾਰੇ ਠੀਕ ਹੈ ਇਹ ਹੁੰਦੇ ਬਸ ਨੀਂਦ ਮਤਲਬ ਇਹ ਹੁੰਦਾ ਨੀਂਦ ਖੁੱਲੀ ਨਹੀਂ ਕਿ ਬਸ ਸਿੱਧਾ ਵੀਡੀਓ ਖੁੱਲ ਗਈ ਸਾਹਮਣੇ ਹੈ ਨਾ ਉਸ ਤੋਂ ਬਾਅਦ ਇਹਨਾਂ ਦਾ ਇਹ ਸਵਾਲ ਪੁੱਛਿਆ ਗਿਆ ਹੈ ਨਾ ਬਾਈ ਹੁਣ ਹਾਸੋ ਨਾ ਜਵਾਬ ਵੀ ਦੇ ਦਿਓ ਇਹਨਾਂ ਨੇ ਹਾਸੀ ਦਾ ਹੁੰਦਾ ਅਨਸਰ ਦੇ ਦਿਓ ਟਾਂਸਰ ਕੀ ਆ ਰਿਹਾ ਕੁਲਵੀਰ ਕੌਰ ਦਾ ਸੀ ਆ ਗਿਆ ਹਰਪੀ 2077 ਵਾਹ ਤਾਂ ਸੀ ਆ ਰਿਹਾ ਅਨਸਰ ਕਈਆਂ 10 11 ਆ ਜਾਂਦਾ ਕਿਸੇ ਦਾ ਸੀ ਆ ਰਿਹਾ ਹੈ ਕਿ ਦੀ ਮੰਨੀ ਹੈ 10 11 ਮੰਨੀ ਹੈ ਸੀ ਮੰਨੀ ਹੈ ਛੇਤੀ ਜੇਤੀ ਦੱਸ ਦੋ ਕਿ ਦੀ ਮੰਨੀ ਹੈ ਆਪਾਂ ਚਲੋ ਜੀ ਮੈਨੂੰ ਆਪਦੀ ਮੰਨ ਨਹੀਂ ਪੈਣੀ ਮੈਨੂੰ ਆਪਦਾ ਕਰਾਉਣਾ ਪੈਣਾ ਠੀਕ ਹੈ ਚਲੋ ਜੀ ਵੇਖੋ ਇੱਕ 3 ਰੇਸ਼ੋ 2 ਵਾਲਾ ਕੰਟੇਨਰ ਸੀ ਇੱਕ 6 ਰੇਸ਼ੋ 5 ਵਾਲਾ ਕੰਟੇਨਰ ਸੀ ਉਹਨਾਂ ਨੂੰ ਮਿਕਸ ਕੀਤਾ 4 ਰੇਸ਼ੋ 3 ਦੇ ਵਿੱਚ ਤਾਂ ਜਦੋਂ ਵੀ ਇਦਾਂ ਦਾ ਕੁਸ਼ਨ ਆਜੇ ਲੱਗੇਗਾ ਇਹਦੇ ਵਿੱਚ ਠੀਕ ਹੈ ਕੀ ਕਹਿ ਰਹੇ ਹੋ ਕੋਈ ਗੱਲ ਨਹੀਂ ਜੀ ਆਹ ਵੇਖੋ ਠੀਕ ਹੈ ਇਹਨਾਂ ਨੂੰ ਜਦੋਂ ਵੀ ਆਪਾਂ ਇਹਨੂੰ ਸੋਲਵ ਕਰਨਾ ਹੈ ਨਾ ਜਦੋਂ ਵੀ ਆਪਾਂ ਸੋਲਵ ਕਰਨਾ ਹੈ ਤਾਂ ਕਿਵੇਂ ਸੋਲਵ ਕਰਨਾ ਤਾਂ ਇਹਨੂੰ ਜੀ ਬਣਾ ਲਓ ਇੱਕ ਇੱਕ ਦੇ ਵਿੱਚ ਬਣਾ ਲਓ ਠੀਕ ਹੈ ਤਾਂ ਜਿਵੇਂ ਕਿ ਆ ਮਿਲਕ ਹੈ ਆ ਵਾਟਰ ਹੈ ਮਿਲਕ ਹੈ ਇਹ ਵਾਟਰ ਹੈ ਤਾਂ ਆਪਾਂ ਸਾਰੇ ਨੂੰ ਮਿਲਕ ਮਿਲਕ ਕਿਉਂ ਨਾ ਬਣਾ ਲਈਏ ਕੀ ਬਣਾ ਲਈਏ ਮਿਲਕ ਮਿਲਕ ਨਾ ਬਣਾ ਲਈਏ ਤਾਂ ਮਿਲਕ ਕਿਵੇਂ ਬਣੇਗਾ ਤਾਂ ਟੋਟਲ ਦੇ ਵਿੱਚ ਦੇਖੋ ਇਹਨਾਂ 'ਚ ਮਿਲਕ ਕਿੰਨਾ ਤਿੰਨ ਮਿਲਕ ਆ ਕਿੰਨੇ ਵਿੱਚੋਂ ਪੰਜ ਦੇ ਵਿੱਚੋਂ ਤਾਂ ਮੈਂ ਫ੍ਰੈਕਸ਼ਨ ਬਣਾ ਲਈ ਅਗਲੀ ਗੱਲ ਇਹਨਾਂ ਚ ਮਿਲਕ ਕਿੰਨਾ ਨਜ਼ਰ ਆ ਰਿਹਾ 6 ਤੇ ਵਟਾ ਕੀ ਆ ਜਾਏਗਾ 11 ਤੇ ਇਹਦੇ ਵਿੱਚ ਕੀ ਆ ਜਾਏਗਾ ਜੀ 4 ਤੇ ਵਟਾ ਕੀ ਆ ਜਾਏਗਾ 7 ਕੀ ਆ ਜਾਏਗਾ 4 ਠੀਕ ਹੈ ਵਟਾ 7 ਤਾਂ ਇਹਨੂੰ ਸੋਲਵ ਕਰਨ ਦਾ ਕੀ ਤਰੀਕਾ ਹੈ ਫ੍ਰੈਕਸ਼ਨ ਦੇ ਵਿੱਚ ਇਹਨੂੰ ਬਣਾ ਲਓ ਕੀ ਆ ਗਿਆ 6/11 ਤੇ ਆਪਣੇ ਕੋਲ ਆ ਗਿਆ ਇੱਧਰ 4/7 ਐਲੀਗੇਸ਼ਨ ਇਹਦੇ ਉੱਪਰ ਲਾਣਾ ਹੁਣ ਐਲੀਗੇਸ਼ਨ ਇਹਦੇ ਉੱਪਰ ਇਹਨਾਂ ਦੋਵਾਂ ਦਾ ਡਿਫਰੈਂਸ ਲਵੋ ਠੀਕ ਹੈ ਇਹਨਾਂ ਦੋਵਾਂ ਦਾ ਡਿਫਰੈਂਸ ਲਵੋ ਤੇ ਇਹਨਾਂ ਦੋਵਾਂ ਦਾ ਡਿਫਰੈਂਸ ਲਓ ਤਾਂ ਫ੍ਰੈਕਸ਼ਨ ਦੀ ਡਿਫਰੈਂਸ ਲੈਣੀ ਆਪਾਂ ਕਿਵੇਂ ਲਵਾਂਗੇ ਇੱਥੇ ਕਰਕੇ ਦਿਖਾਨੀ ਹੈ 3/5 4/7 ਤਾਂ 7 3 21 5 4 20 बटा ਕੀ ਆ ਜਾਏਗਾ 35 ਤਾਂ ਮਤਲਬ 1/35 ਬਣ ਜਾਏਗਾ ਕਿੰਨਾ ਬਣ ਜਾਏਗਾ 1/35 ਤਾਂ ਕੀ ਮਾਈਨਸ ਕਰਕੇ ਕੱਢਿਆ 3/5 ਤਾਂ ਇਹ ਆ ਗਿਆ ਜੀ 1/35 ਆ ਗਿਆ ਅਗਲੀ ਗੱਲ ਕਰਦੇ ਹਾਂ ਜੀ ਇਹਨੂੰ ਮਾਈਨਸ ਕਰਦੇ ਹਾਂ 4/7 6/11 ਤਾਂ ਕੀ ਆ ਗਿਆ 42 42 ਤੇ ਥੱਲੇ ਕੀ ਆ ਗਿਆ 77 ਤੇ ਇੱਧਰ ਕੀ ਆ ਗਿਆ ਜੀ 2/77 ਕੀ ਆ ਗਿਆ ਜੀ 2/77 ਤਾਂ ਇਹਨੂੰ ਇਹਨਾਂ ਦੀ ਰੇਸ਼ਿਓ ਕੱਢਣੀ ਹੈ ਤੇ ਇੱਧਰ ਕੱਢ ਕੇ ਦਿਖਾ ਦੇਣੀ ਹੈ ਰੇਸ਼ਿਓ ਇਹਨਾਂ ਦੀ ਤਿੰਨ ਦੀ ਰੇਸ਼ਿਓ ਕਿਵੇਂ ਆਏਗੀ 2/77 ਰੇਸ਼ਿਓ एक बटे पैंतीस मल्टीप्लाई कर दिया करो पैंती तो सत्तर, तेदर की, सत्तर की आ गई सत्तर जिन्हों का भी दस रेसो ग्यारह आए थे बिलकुल सही सी बिल्कुल सही है की होता है मैम इंडियन इकोनमी के करंट अफेयर पढ़ा रहे करिए आप जसवीर कौर पूछ रहे है, रीजनिंग दी क्लास है, सारे कलास सार हो गया के? सारे हिल गए के मैथ पढ़ पढ़ के बाला मैथ पढ़ लिया कि ओवरफ्लो होने लग गया चुप करके आ पढ़ लो आ पढ़ लो जी आ पढ़ लो ओ गल छो आ पढ़ लो हां एंदा एक तरीका और भी हो सकता कि ਤੁਸੀਂ ਇਹਨਾਂ ਦਾ ਕੀ ਕਰ ਲੋ ਜੀ ਇੱਕ ਮਲਟੀਪਲ ਲੈ ਕੇ ਚੱਲ ਪੋ ਠੀਕ ਹੈ ਇਹਨਾਂ ਦਾ ਇੱਕ ਮਲਟੀਪਲ ਲੈ ਕੇ ਚੱਲ ਪੋ ਇਹਨਾਂ ਦਾ ਐਲਸੀਐਮ ਲੈ ਕੇ ਚੱਲ ਪੋ ਤਾਂ ਤੁਸੀਂ ਐਵੇਂ ਵੀ ਕਰ ਸਕਦੇ ਹੋ ਠੀਕ ਹੈ ਅੱਗੇ ਚੱਲਦੇ ਹਾਂ ਜੀ ਅੱਗੇ ਚੱਲਦੇ ਬਹੁਤ ਹੋ ਗਿਆ ਤੁਹਾਡਾ ਬਸ ਠੀਕ ਹੈ ਇੱਕ ਕੁਐਸਚਨ ਹੋਰ ਕਰਾਂਗੇ ਫਿਰ ਆਪਾਂ ਕਲਾਸ ਨੂੰ ਖਤਮ ਕਰਾਂਗੇ ਇੱਕ ਕੁਐਸਚਨ ਹੋਰ ਕਰ ਲਓ ਜਲਦੀ 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 ਕੁਐਸਚਨ ਦਾ ਸੇਮ ਜਾਈਏ ਆਪੇ ਕਰਾਂਗੇ ਆਹ ਕੁਐਸਚਨ

ਚਲ ਆ ਕੁਸ਼ਨ ਕਰਾ ਦਿੰਨੇ ਆ ਤਗਲੀ ਗੱਲ ਫਿਰ ਆਪਾਂ ਕੱਲ ਕਰਾਂਗੇ ਕੋਈ ਗੱਲ ਨਹੀਂ ਤਾਂ ਕੁਸ਼ਨ ਦੇਖੋ ਇਨ ਅ ਮਿਕਸਚਰ ਆਫ 60 ਲੀਟਰਸ ਮਿਲਕ ਤੇ ਵਾਟਰ ਕਿੰਨਾ ਦੇ ਰੱਖਿਆ ਦੋ ਰੇਸ਼ਿਓ 1 ਦੇ ਰੱਖਿਆ ਇਫ ਐਕਸ ਲੀਟਰ ਆਫ ਵਾਟਰ ਇਜ਼ ਐਡਡ ਸਲੀਮ ਕੁਸ਼ਨ ਹੈ ਜੀ ਐਕਸ ਐਡ ਕੀਤਾ ਤਾਂ ਰੇਸ਼ਿਓ ਕਿੰਨੀ ਬਣ ਗਈ ਜੀ 1 ਰੇਸ਼ਿਓ 2 ਬਣ ਗਈ ਬਰਾਬਰ ਬਣਾਓ ਤੇ ਖਤਮ ਕਰੋ ਕਾ ਨਹੀਂ ਬਰਾਬਰ ਬਣਾਓ ਤੇ ਖਤਮ ਕਰੋ ਕਾ ਨਹੀਂ ਮਿੰਟ ਮਾਰੋ ਤਾਂ ਚਲੋ ਵੇਖੋ ਕੀ ਕਰਨਾ ਦੋਵਾਂ ਨੂੰ ਸੇਮ ਬਣਾਉ ਗੁਣਾ ਕੀ ਕਰ ਦੋਗੇ ਜੀ 2 ਤਾਂ ਰੇਸ਼ਿਓ ਕਿੰਨੀ ਬਣ ਗਈ 2 ਰੇਸ਼ਿਓ 1 ਤੇ 2 ਰੇਸ਼ਿਓ 4 ਇਹਦੀ ਵੈਲਿਊ ਕਿੰਨੀ ਦੇ ਰੱਖੀ 60 3 ਦੀ ਵੈਲਿਊ 60 1 ਦੀ ਵੈਲਿਊ 20 ਕੱਢਣੀ ਕਾ ਦिए ਜੀ 3 ਦੀ ਤਾਂ ਗੁਣਾ 3 ਕਰ ਦੋ ਜੀ ਆਨਸਰ ਆ ਗਿਆ 60 ਹੁਣ ਤਾਂ ਇਦਾਂ ਦੇ ਕੁਐਸਚਨ ਰੱਟ ਜਾਣਗੇ ਇਦਾਂ ਦੇ ਕੁਐਸਚਨ ਕੀ ਹੋ ਜਾਣਗੇ ਰੱਟ ਜਾਣਗੇ ਤਾਂ ਦੇਖੋ ਜੀ ਅੱਜ ਦੇ ਆਪਣੇ ਕੋਲ ਕੁਐਸਚਨਸ ਆਹੀ ਸੀ ਓਕੇ ਅੱਜ ਦੇ ਕੁਐਸਚਨਸ ਆਪਣੇ ਕੋਲ ਆ ਹੀ ਸੀ ਅਗਲੇ ਕੁਐਸਚਨ ਦਾ ਸਕਰੀਨਸ਼ਾਟ ਲਓ ਹੋਮਵਰਕ ਕਰਕੇ ਆਇਓ ਇਹਦਾ ਸਕਰੀਨਸ਼ਾਟ ਲੈ ਲਓ ਇਹਦਾ ਸਕਰੀਨਸ਼ਾਟ ਸਾਰੇ ਦੇ ਸਾਰੇ ਲਓ ਮਿੰਟ ਮਾਰੋ ਸਕਰੀਨਸ਼ਾਟ ਜਦੋਂ ਹੋ ਗਿਆ ਤਾਂ ਇੱਕ ਵਾਰ ਡਨ ਕਰ ਦਿਓ ਕਿ ਡਨ ਸਕਰੀਨਸ਼ਾਟ ਡਨ ਉਸ ਤੋਂ ਬਾਅਦ ਦੇਖਦੇ ਆ ਫਿਰ ਹਾਂ ਅੱਗੇ ਦੇਖਦੇ ਆ ਆਵਲਾ ਵੀ ਕਰ ਲੋ ਆ ਵੀ ਕੁਐਸ਼ਨ ਐਗਜ਼ਾਮ ਚ ਆਏ ਸੀ ਸ਼ਾਇਦ ਮੇਰੇ ਹਸਾਬ ਨਾਲ ਪਤਾ ਨਹੀਂ ਪਟਵਾਰੀ ਦੇ ਐਗਜ਼ਾਮ ਚ ਆਏ ਸੀ ਪਤਾ ਨਹੀਂ ਟ੍ਰਿਪਲ ਐਸ ਵੀ ਕਲਰਕ ਦੇ ਐਗਜ਼ਾਮ ਚ ਆਏ ਸੀ ਪਰ ਇਹ ਕੁਐਸ਼ਨ ਐਗਜ਼ਾਮ ਚ ਆਇਆ ਹੋਇਆ ਹੈ ਜਲਦੀ ਜਲਦੀ ਇਹਦਾ ਸਕਰੀਨਸ਼ਾਟ ਲੋ ਸਕਰੀਨਸ਼ਾਟ ਲੋ ਤੇ ਇਹ ਲੈਣ ਤੋਂ ਬਾਅਦ ਜੇ ਨਾ ਵੀ ਜੋ ਕੁਸ਼ਨ ਮੈਂ ਹੋਮਵਰਕ ਦਿੱਤਾ ਹੈ ਠੀਕ ਹੈ ਜੀ ਹੋਮਵਰਕ ਦਿੱਤਾ ਹੈ ਉਹਦਾ ਅਨਸਰ ਤੁਸੀਂ ਇੱਥੇ ਨਹੀਂ ਕਰੋਗੇ ਤੁਸੀਂ ਕਿੱਥੇ ਕਰੋਗੇ ਜੀ ਕਮੈਂਟ ਬਾਕਸ ਦੇ ਵਿੱਚ ਕਰੋਗੇ ਕਿੱਥੇ ਕਰੋਗੇ ਜੀ ਕਮੈਂਟ ਬਾਕਸ ਦੇ ਵਿੱਚ ਕਰੋਗੇ ਤੇ ਜਿੰਨੇ ਵੀ ਜਨੇ ਦੇਖ ਰਹੇ ਐ ਜਿੰਨੇ ਵੀ ਦੇਖ ਰਹੇ ਐ ਸਾਰੇ ਦੇ ਸਾਰੇ ਜਨਿਆਂ ਨੇ ਇਸ ਕੁਸ਼ਨ ਦਾ ਅਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਅਗਰ ਤੁਹਾਨੂੰ ਕਲਾਸ ਪਸੰਦ ਆਂਦੀ ਤਾਂ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਵੱਧ ਤੋਂ ਵੱਧ ਲਾਈਕ ਕਰਨਾ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਲਾਸ ਕਿੱਦਾਂ ਲੱਗਦੀ ਹੈ ਇੱਥੇ ਕੋਈ ਨਹੀਂ ਦੱਸੇਗਾ ਤੁਸੀਂ ਦੱਸੋਗੇ ਸਾਰੇ ਦੇ ਸਾਰੇ ਦੱਸੋਗੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਡਨ ਦੱਸੋਗੇ ਨਾ ਕਹਿੰਦੇ ਮੈਮ ਤੁਹਾਨੂੰ ਤੁਹਾਡਾ ਦਿਮਾਗ ਦੇ ਦੋ ਮੈਂ ਕਿੱਥੇ ਜਾਵਾਂਗੀ ਫਿਰ ਬਿਨਾਂ ਦਿਮਾਗ ਤੋਂ ਤੁਰੇ ਫਿਰਾਂ ਦੇ ਗੱਲਾਂ ਦੇਖੋ ਕੀ ਕਰ ਰਹੇ ਹੋ ਗੱਲਾਂ ਦੇਖੋ ਕੀ ਕਹਿ ਰਹੇ ਹੋ ਠੀਕ ਹੈ ਤਾਂ ਫਿਰ ਆ ਸੀਗੀ ਜੀ ਆਪਣਾ ਅੱਜ ਦਾ ਸੈਸ਼ਨ ਤਾਂ ਕੱਲ ਮੈਂ ਤੁਹਾਨੂੰ ਪਤਾ ਕੀ ਕਰਵਾਉਂਗੀ ਕੱਲ ਇਹਦੇ ਹੀ ਅਗਲੇ ਕੋਸ਼ਨ ਜਿਵੇਂ ਕੀ ਕਿ ਆਪਾਂ ਦੋ ਮਤਲਬ ਮਿਕਸਚਰ ਕੱਢਿਆ ਕੁਛ ਪਾਤਾ ਆਉਂਦੇ ਜੇ ਪਾਣੀ ਪਾਤਾ ਚਾਰ ਵਾਰੀ ਪਾਤਾ ਪੰਜ ਵਾਰੀ ਪਾਤਾ ਇਦਾਂ ਦੇ ਕੋਸ਼ਨ ਜਿੰਨੇ ਵੀ ਆਉਂਦੇ ਆ ਉਹ ਕੋਸ਼ਨ ਮੈਂ ਕੱਲ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਕਰੂੰਗੀ ਤਾਂ ਬਸ ਠੀਕ ਹੈ ਚਲੋ ਜੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਗੱਲ ਦੱਸਣ ਵਾਲੀ ਕਿਹੜੀ ਆ ਤੁਹਾਨੂੰ ਪਤਾ ਹੀ ਹੋਏਗਾ ਤੁਸੀਂ ਬੜੇ ਸਿਆਣੇ ਹੋ ਅੱਜ ਕੱਲ ਠੀਕ ਹੈ ਅੱਜ ਕੱਲ ਬੜੇ ਹੀ ਤੇਜ਼ ਚੱਲੀ ਜਾਂਦੇ ਹੋ ਤਾਂ ਵੇਖੋ ਜੀ ਹਾਂ ਤਾਂ ਵੇਖੋ ਤਾਂ ਪੰਜਾਬ ਦੇ ਪੀ ਟ੍ਰਿਪਲ ਐਸਬੀ ਦੇ ਆਪਣੇ ਆ ਨਿਊ ਬੈਚਸ ਲਾਂਚ ਹੋ ਚੁੱਕੇ ਹੈ ओके okay. तो देखो किड़ा वीडियो दा ग्राम सेवक फॉरेस्ट गार्ड क्लर्क रिवीजन बैचेस रिवीजन बैचेस दे विच सारे चैप्टर्स दी रिवीजन करवाई जा रही है ते प्रैक्टिस क्वेश्चंस मिलदे जो कि ਤੁਸੀਂ ਕੀ ਕਰ ਸਕਦੇ ਹੋ ਪ੍ਰੈਕਟਿਸ ਕਰ ਸਕਦੇ ਹੋ ਉਸ ਤੋਂ ਬਾਅਦ ਆਪਣੇ ਕੋਲ ਉਸ ਤੋਂ ਬਾਅਦ ਦੇਖ ਲੋ ਜੀ ਆਪਣੇ ਕੋਲ ਹੋਰ ਕੀ ਹੈ ਗੁੰਮ ਗਿਆ ਚਲੋ ਜੀ ਦੁਬਾਰਾ ਦੇਖ ਲੈਨੇ ਆਪਾਂ ਇੱਥੇ ਆਏਗਾ ਨਹੀਂ ਜੀ ਆਪਣੇ ਕੋਲ ਟੈਸਟ ਸੀਰੀਜ਼ ਵੀ ਹੈ ਟੈਸਟ ਸੀਰੀਜ਼ ਵੀ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਕੀ ਕਰੀਏ ਜੀ ਆਪਣੇ ਕੋਲ ਪੰਜਾਬ ਪੁਲਿਸ ਦੇ ਵੀ ਨਿਊ ਬੈਚਸ ਲਾਂਚ ਹੋ ਚੁੱਕੇ ਤੁਸੀਂ ਇਹਦੇ ਵਿੱਚ ਵੀ ਐਨਰੋਲਮੈਂਟ ਲੈ ਸਕਦੇ ਹੋ ਲੈਣ ਵਾਸਤੇ ਕਰਨਾ ਕੀ ਹੈ ਕੁਛ ਨਹੀਂ ਬਾਏ ਨਾਉ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਕੂਪਨ ਕੋਡ ਅਪਲਾਈ ਕਰਨਾ ਹੈ Y564 ਕੀ ਕਰਨਾ ਹੈ Y564 ਤੇ ਜਿਨ੍ਹਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਉਹ ਲਾ ਸਕਦੇ Y564 ਕੀ ਲਾ ਸਕਦੇ ਹੋ Y564 ਲਗਾਉਣ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਜੀ ਮੈਕਸਿਮਮ ਤੋਂ ਮੈਕਸਿਮਮ ਡਿਸਕਾਊਂਟ ਤਾਂ ਠੀਕ ਹੈ ਹੋਮਵਰਕ ਕੁਸ਼ਨ ਟੁਮੋਰੋ ਵਾਲਾ ਪਾਤਾ ਜੀ ਕੁਸ਼ਨ ਪਾਤਾ ਸਕਰੀਨਸ਼ਾਟ ਲੈ ਆ ਨੀ ਕੋਈ ਗੱਲ ਨਹੀਂ ਵੀਡੀਓ ਚ ਦੇਖ ਲਓ ਤਾਂ just ਕੋਡ ਯਾਦ ਰੱਖਣਾ Y564 ਤਾਂ ਫਿਰ ਦੇਖੋ ਜੀ ਆਪਣੀ ਅੱਜ ਦੀ ਕਲਾਸ ਇੱਥੋਂ ਤੱਕ ਹੀ ਸੀ ਫਿਰ ਆਪਾਂ ਮਿਲਾਂਗੇ ਜੀ ਕੱਲ 12 ਵਜੇ ਆਪਣੀ ਸਾਇੰਸ ਐਂਡ ਟੈਕਨੋਲੋਜੀ ਦੀ ਕਲਾਸ ਹੁੰਦੀ ਹੈ ਤੇ ਨਾਲ 5:45 ਤੇ ਆਪਣੇ ਵੀਡੀਓ ਦੇ ਲਈ ਕੁਸ਼ਨ ਐਕਸਪੈਕਟਿਡ ਕੁਐਸ਼ਨਸ ਦੀ ਕਲਾਸ ਹੁੰਦੀ ਹੈ ਤੇ 8 ਵਜੇ ਤਾਂ ਆਪਣੀ ਰੈਗੂਲਰ ਕਲਾਸ ਹੁੰਦੀ ਹੀ ਹੁੰਦੀ ਹੈ ਠੀਕ ਹੈ ਸਲੋ ਕਰਵਾਇਆ ਕਰੋ ਜੀ ਕੋਈ ਗੱਲ ਨਹੀਂ ਜੀ ਸলো ਹੋ ਜਾਣੇ ਆ ਪਤਾ ਨਹੀਂ ਮੈਂ ਥੋੜੀ ਤੇਜ਼ ਹੀ ਬੋਲਦੀ ਆ ਮੈਂ ਤੁਹਾਨੂੰ ਬਹੁਤ ਵਾਰ ਕਹਿ ਰੱਖਿਆ ਤਾਂ ਚਲੋ ਜੀ ਫੇਰ ਮਿਲਦੇ ਆਪਾਂ ਕੱਲ ਤਾਂ ਫਿਰ ਅੱਜ ਦੇ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ সুইਟ ਡ੍ਰੀਮਸ সুইਟ ਨਹੀਂ সুইਟ ਮੈਥ ਡ੍ਰੀਮ ਠੀਕ ਹੈ ਮੈਥ ਦੇ ਸੁਪਨੇ ਲਾਓ ਓਕੇ ਚਲੋ ਜੀ ਤਾਂ ਚਲੋ ਫਿਰ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ সুইਟ ਡ੍ਰੀਮਸ ਐਂਡ ਸਵੇਕਾਲ